ਇਹ ਬਾਣੀ ਮਹਾਰਾਜ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਸਾਨੂੰ ਕਰਮਾਂ ਦੇ ਬਿਨਾਂ ਕੋਈ ਮਹਾਂਪੁਰਖ ਵੀ ਨਹੀਂ ਮਿਲਦਾ। ਸਾਡਾ ਕਰਮ ਹੋਵੇ ਤੇ ਫਿਰ ਸਾਨੂੰ ਕੋਈ ਜਤ ਸਤ ਵਾਲਾ ਸ਼ਬਦ ਅਭਿਆਸੀ ਮਹਾਂਪੁਰਖ ਮਿਲਦਾ ਹੈ। ਹਜ਼ੂਰ ਜਨਾਂ ਦਾ ਦਰਬਾਰ ਉਹ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਅੱਠ ਗੁਰ ਬੜੇ ਹੈ ਔਰ ਸਤਿਗੁਰ ਮਿਲਣਾ ਬੜਾ ਔਖਾ, ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਸੱਤ ਦਾ ਕੋਰਸ ਕੀਤਾ, 40 ਸਾਲ ਉਹਨਾਂ ਨੇ ਤਪੱਸਿਆ ਕੀਤੀ, ਤਿੰਨ ਦਾ ਕੋਈ ਪਰਵਾਹ ਨਹੀਂ ਕੀਤੀ ਖਾਣ ਪੀਣ ਦੀ, ਕੋਈ ਐਸ਼ਵਾਸ਼ਦ ਨਹੀਂ ਕੀਤੀ, ਲੇਕਿਨ ਮੁਰਸ਼ਦ ਦੇ ਕਹਿਣੇ ਮੁਤਾਬਕ ਆਪਣੀ ਮਰਜ਼ੀ ਨਾਲ ਨਹੀਂ। ਇੱਕ ਮੁਸਲਮਾਨ ਨੇ ਉਹਨਾਂ ਦੀ ਹਿਸਟਰੀ ਲਿਖੀ ਹੈ, ਮੁਸਲਮਾਨ ਉਹ ਸਤਸੰਗ ਉਸ ਟਾਈਮ ਦਾ ਕਰਦਾ ਸੀ, ਮਲੇਰਕੋਟਲੇ ਦਾ ਜਾਂ ਪਤਾ ਨਹੀਂ ਕਿੱਥੋਂ ਦਾ ਸੀ, ਉਹ ਇੱਥੋਂ ਦਾ ਸੀ ਮੁਸਲਮਾਨਾਂ ਦਾ ਮੁਲਕ ਜਿਹੜਾ। ਉਸਨੇ ਲਿਖਿਆ ਹੈ ਕਿ ਜਦੋਂ 3 ਦਿਨ ਤੇ 3 ਰਾਤਾਂ ਸਮਾਧੀ ਲੱਗੀ ਰਹੀ, ਉਹਦੇ ਬਾਅਦ ਜਦੋਂ ਰੂਹ ਥੱਲੇ ਆਈ ਤੇ ਮੈਂ ਵੀ ਗਿਆ, ਮੈਂ ਜਾ ਕੇ ਪੁੱਛਿਆ ਭਾਈ ਜੀ ਕੀ ਹਾਲ ਹੈ ਤੁਹਾਡਾ। ਉਸ ਵਕਤ ਉਹਨਾਂ ਨੇ ਕਿਹਾ ਕਿ ਮੈਂ 12 ਸਾਲ ਦੇਗਾਂ ਦੀ ਸੇਵਾ ਕੀਤੀ ਹੈ ਔਰ ਮੈਂ ਇਤਨਾ ਦੁੱਖ ਕੱਢਿਆ, ਇਤਨਾ ਕਸ਼ਟ ਕਿ ਦਾਲ ਆਟਾ ਲੂਣ ਰਲਾ ਕੇ ਇਕੱਠਾ ਹੀ ਮੈਂ 4 ਦਿਨਾਰਿਆਂ ਤੌੜੀ 'ਚ ਪਾ ਲੈਣਾ, ਉਹ ਖਾ ਲੈਣਾ, ਫਿਰ ਮੈਂ ਸੇਵਾ ਕਰਨੀ। ਮੈਂ ਖਾਣ ਪੀਣ ਵਿੱਚ ਵੀ ਆਪਣਾ ਟਾਈਮ ਜਿਹੜਾ ਉਹ ਜਾਇਆ ਨਹੀਂ ਜਾਣ ਦਿੱਤਾ, ਵਾਧੂ ਨਹੀਂ ਲਾਇਆ, ਬਹੁਤ ਮੈਂ 12 ਸਾਲ ਕਸ਼ਟ ਕੀਤਾ ਹੈ। ਕਈ ਜਿਹੜੇ ਸੇਵਾਦਾਰ ਸਾਡੇ ਨਾਲ ਹੁੰਦੇ ਸਨ ਉਹ ਹਲਦੇ ਮੰਡੇ ਖਾਂਦੇ ਸਨ, ਮਜ਼ੇ ਦੇ ਉਹਨਾਂ ਸੌਣਾ, ਆਪਣੀ ਮਰਜ਼ੀ ਨਾਲ ਉੱਠਣਾ, ਲੇਕਿਨ ਮੈਂ ਇਕੱਲੇ ਨੇ ਹੀ ਕੰਮ ਕਰਦੇ ਰਹਿਣਾ। ਮੈਂ ਬਹੁਤ ਕਸ਼ਟ ਕੀਤਾ, ਪਰ ਜਿਹੜੀ ਹੁਣ ਸਤਿਗੁਰ ਨੇ ਮੈਨੂੰ ਦਾਤ ਦਿੱਤੀ ਹੈ, ਮੈਨੂੰ ਸਭ ਕੁਝ ਭੁੱਲ ਗਿਆ। ਉਸਨੇ ਲਿਖਿਆ ਕਸ਼ਟ ਦੇ ਵਿੱਚ ਕਿ ਮੈਨੂੰ ਸਭ ਕੁਝ ਭੁੱਲ ਗਿਆ ਪਿਛਲਾ ਦੁੱਖ ਜਿਹੜਾ ਸੀ। ਕਰਮ ਭਾਈ, ਕਰਮ ਕਰਨ ਦਾ ਨਾਂ ਹੈ। ਜਦੋਂ ਵੀ ਅਸੀਂ ਕਰਮ ਕਰਾਂਗੇ ਤੇ ਸਾਨੂੰ ਉਸ ਕਰਮ ਦਾ ਫਲ ਜ਼ਰੂਰ ਮਿਲੇਗਾ। ਇਹ ਕਦੇ ਨਹੀਂ ਹੋ ਸਕਦਾ ਕਿ ਸਾਨੂੰ ਫਲ ਨਹੀਂ ਮਿਲੇਗਾ। ਉਹ ਪਰਮਾਤਮਾ ਇਤਨਾ ਬੇਨਿਆਈ ਨਹੀਂ ਕਿ ਸਾਡੇ ਕਰਮ ਦਾ ਸਾਨੂੰ ਫਲ ਨਾ ਦੇਗਾ। ਦੁਨੀਆਂ ਦੀ ਮਿਸਾਲ, ਤੁਸੀਂ ਦੁਨੀਆਂ ਦੇ ਵਿੱਚ ਕੋਈ ਵੀ ਕਰਮ ਕਰਦੇ ਹੋ, ਆ ਜ਼ਮੀਨ ਹੀ ਤੁਸੀਂ ਦੇਖਦੇ ਹੋ, ਜ਼ਮੀਨ ਦੀ ਜਿਹੜਾ ਕਾਸ਼ਤ ਕਰਦਾ ਹੈ, ਕਿਆ ਉਸਨੂੰ ਜ਼ਮੀਨ ਫਲ ਨਹੀਂ ਦਿੰਦੀ? ਕੋਈ ਪੌਦਾ ਲਗਾਉਂਦਾ ਹੈ, ਉਸਦੀ ਸੇਵਾ ਕਰਦਾ ਹੈ, ਕੀ ਪੌਦਾ ਉਸਨੂੰ ਫਲ ਨਹੀਂ ਦਿੰਦਾ?
ਸਾਡਾ ਫਰਜ਼ ਹੈ ਅਸੀਂ ਉਹ ਕਰਮ ਕਰੀਏ, ਪਰ ਕਰੀਏ ਕਿਸੇ ਮਹਾਂਪੁਰਖਾਂ ਦੇ ਕਹਿਣ ਨਾਲ, ਆਪਣੀ ਮਰਜ਼ੀ ਨਾਲ ਨਾ ਕਰੀਏ। ਜਿਹਨਾਂ ਨੇ ਅੱਗੇ ਕਰਮ ਕੀਤਾ ਹੈ ਉਹਨਾਂ ਦੇ ਕਹਿਣੇ ਲੱਗ ਕੇ ਅਸੀਂ ਕਰਮ ਕਰੀਏ। ਉਹਨਾਂ ਨੂੰ ਪਤਾ ਹੈ ਕਿ ਕਰਮ ਕਰਨਾ ਕੀ ਹੈ, ਕਰਮ ਕਰਮ ਦੇ ਵਿੱਚ ਬੜਾ ਫਰਕ ਹੈ। ਮਹਾਰਾਜ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਪਹਿਲੀ ਬਸਤਾ ਦੇ ਵਿੱਚ ਦੁਨੀਆਂ ਦੇ ਨਾਲ ਰਲੇ ਮਿਲੇ ਕੰਮ ਕੀਤੇ, ਉਹ ਕੰਮ ਕੀਤੇ ਜਿਹੜੇ ਪੁਰਾਤਨ ਯੁੱਗਾਂ ਦੇ ਕਰਮ ਸਨ, ਜਿਹਨਾਂ ਯੁੱਗਾਂ ਦੇ ਵਿੱਚ ਲੱਖਾਂ ਬਰੇ ਉਮਰਾਂ ਸਨ, ਉਹ ਕਰਮ ਕਰਦੇ ਰਹੇ, ਲੇਕਿਨ ਬਣਿਆ ਕੁਛ ਨਹੀਂ, ਕਿਉਂਕਿ ਉਹਨਾਂ ਵਿੱਚ ਬਣਨਾ ਵੀ ਨਹੀਂ ਸੀ। ਜਦੋਂ ਸਾਡੀ ਉਮਰ ਹੀ ਨਹੀਂ ਇੰਨੀ, ਆਜੂ ਹੀ ਨਹੀਂ ਹੈਗਾ। ਕਾਲ ਭਗਵਾਨ ਨੇ 100 ਸਾਲ ਸਾਡੀ ਉਮਰ ਰੱਖੀ ਹੈ, ਇਸ ਯੁੱਗ ਦੇ ਵਿੱਚ 100 ਸਾਲ, ਤੇ 100 ਸਾਲ ਦਾ ਵੀ ਕੋਈ ਬਿਰਲਾ ਹੀ ਹੁੰਦਾ ਹੈ, ਆਮ ਨਹੀਂ ਹੁੰਦੇ। ਕਿ ਲੱਖਾਂ ਵਰਿਆਂ ਦਾ ਕਰਮ ਅਸੀਂ ਕਰਕੇ ਕਿਸ ਤਰ੍ਹਾਂ ਕਾਮਯਾਬ ਹੋ ਸਕਦੇ ਹਾਂ? ਮਹਾਰਾਜ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਮੇਰੇ ਚੁੱਲ੍ਹੇ ਕੰਮ ਕਰਦੇ ਸੀ, ਲੇਕਿਨ ਬਣਿਆ ਕੁਛ ਨਹੀਂ। ਜਦੋਂ ਮੁਰਸ਼ਦ ਦੇ ਪਾਸ ਆਏ, ਮੁਰਸ਼ਦ ਨੇ ਕਿਹਾ, ਭਾਈ ਅੱਗੇ ਤੂੰ ਤੀਰਥਾਂ ਦੇ ਇਸ਼ਨਾਨ ਕਰਦਾ ਸੀ, ਹੁਣ ਮੈਨੂੰ ਇਸ਼ਨਾਨ ਕਰਾਇਆ ਕਰ ਪਾਣੀ ਲਿਆ ਕੇ। ਕਈ ਵਾਰ ਅੱਗੇ ਵੀ ਦੱਸਿਆ ਹੈ ਕਿ ਪਰਮਾਰਥ ਜਿਹੜਾ ਹੈ ਇਹਦਾ ਕੋਈ ਉਲਟਾ ਹੀ ਪੇਚ ਹੈ, ਜੇ ਸਿੱਧਾ ਪੈ ਜਾਏ ਤੇ ਬੜਾ ਜਲਦੀ ਹੀ ਕਾਮਯਾਬ ਬੰਦਾ ਹੋ ਜਾਂਦਾ ਹੈ, ਤੇ ਜੇ ਨਾ ਹੀ ਸਿੱਧਾ ਪੈ ਜਾਏ ਭਾਵੇਂ ਸਾਰੀ ਜ਼ਿੰਦਗੀ ਲੱਗਾ ਰਹੇ, ਉਹ ਕਾਮਯਾਬੀ ਨਹੀਂ ਮਿਲਦੀ। ਹੁਣ ਅਸੀਂ ਇਹ ਸੋਚਣਾ ਹੈ ਕਿ ਇਸ਼ਨਾਨ ਕੋਈ ਕਰੇ, ਮੈਲ ਕਿਸੇ ਦੀ ਲੱਥੇ। ਮਹਾਰਾਜ ਤੀਸਰੀ ਪਾਤਸ਼ਾਹ ਗੁਰੂ ਅਮਰਦਾਸ ਜੀ ਮਨਜ਼ੂਰ ਕਰ ਲਿਆ ਕੁੜਮ ਕੁੜਮ ਦਾ ਪਾਣੀ ਢੋਵੇ, ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਹੈ, ਕਰਨਾ ਬੜਾ ਔਖਾ ਹੈ। ਮਾਣ ਵਡਿਆਈ ਛੱਡਣੀ, ਲੋਕ ਲਾਜ ਛੱਡਣੀ, ਇਹ ਬੜੀ ਔਖੀ ਹੈ। ਅਸੀਂ ਹਰ ਇੱਕ ਕੰਮ ਕਰਦੇ ਹਾਂ, ਮਾਣ ਵਡਿਆਈ ਨਹੀਂ ਛੱਡਦੇ, ਲੋਕ ਲਾਜ ਨਹੀਂ ਛੱਡਦੇ, ਇਹ ਸਾਨੂੰ ਲੈ ਕੇ ਬਹਿ ਜਾਂਦੀਆਂ ਨੇ। ਗੁਰੂ ਸਾਹਿਬ ਨੇ ਕੋਈ ਲੋਕ ਲਾਜ ਨਹੀਂ ਰੱਖੀ, ਕੋਈ ਮਾਣ ਵਡਿਆਈ ਨਹੀਂ ਰੱਖੀ ਆਪਣੀ। 6 ਮੀਲ ਜਾਣਾ ਔਰ 6 ਮੀਲ ਆਣਾ, 12 ਮੀਲ ਰੋਜ਼ ਦਾ ਸਫ਼ਰ ਕਰਨਾ, ਬਿਰਦ ਵਸਤਾ ਪਾਣੀ ਦੀ ਮੜਕੀ ਸਿਰ ਤੇ ਆ ਕੇ ਸਹੀ ਟਾਈਮ ਤੇ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣਾ, ਪਰ ਇੱਕ ਦਿਨ ਦਾ ਮਸਲਾ ਨਹੀਂ। 12 ਸਾਲ ਗੁਜ਼ਰ ਗਏ, 12 ਸਾਲ ਦੇ ਬਾਅਦ ਜਦੋਂ ਅੰਦਰ ਸਫਾਈ ਹੋਈ ਤਾਂ ਫੌਰਨ ਜਿਸ ਤਰ੍ਹਾਂ ਬਾਣੀ ਚ ਫਰਮਾਇਆ, ਸ਼ਬਦ ਖੁੱਲੇ ਗੁਰ ਮੇਰ ਸੇ ਖੈਂਚੇ ਸੁਰਤ ਗੁਰੂ ਬਲਵਾਨ, ਉਹ ਸ਼ਬਦ ਸਾਡੇ ਅੰਦਰ ਜਿਹੜਾ ਆ ਰਿਹਾ 24 ਘੰਟੇ, ਹਰ ਇੱਕ ਇਨਸਾਨ ਦੇ ਆ ਰਿਹਾ ਹੈ। ਕੋਈ ਵੀ ਦੁਨੀਆਂ ਦਾ ਐਸਾ ਵਸ਼ਨ ਨਹੀਂ ਜਿਹਦੇ ਅੰਦਰ ਉਹ ਸ਼ਬਦ ਨਹੀਂ ਆ ਰਿਹਾ, ਲੇਕਿਨ ਸਾਡੇ ਕਰਮਾਂ ਦੇ ਬੱਦਲ ਅੱਗੇ ਛਾਏ ਹੋਏ ਹੈ, ਅਸੀਂ ਉਹਨੂੰ ਦੇਖ ਨਹੀਂ ਸਕਦੇ, ਸੁਣ ਨਹੀਂ ਸਕਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਆ, ਮਾਇਆ ਧਾਰੀ ਇੰਨਾ ਬੋਲਾ
ਸ਼ਬਦਾਂ ਨਾਲ ਸੁਣੇ ਬਹੁਤ ਰੌਲ ਕਚੌਲਾ। ਅਸੀਂ ਦੁਨੀਆਂ ਦੀ ਮਾਇਆ ਦੇ ਵਿੱਚ, ਦੁਨੀਆਂ ਦੇ ਕੰਮਾਂ ਵਿੱਚ ਇੰਨੇ ਤੇ ਬੌਰੇ ਹੋ ਗਏ, ਸਾਡੇ ਅੰਦਰ ਉਹ ਸ਼ਬਦ ਆ ਰਿਹਾ, ਅਸੀਂ ਉਹਨੂੰ ਸੁਣ ਨਹੀਂ ਰਹੇ, ਅਸੀਂ ਰੌਲ ਕਚੌਲੇ ਚ ਫਸੇ ਹਾਂ। ਗੁਰੂ ਸਾਹਿਬ ਜੀ ਸਿਰਫ ਪਾਣੀ ਨਹੀਂ ਸੀ ਲਿਆਉਂਦੇ, ਹੋਰ ਵੀ ਸੇਵਾ ਕਰਦੇ ਸਨ। ਤੇ ਰਾਤ ਦੇ ਸਮੇਂ ਉਹਨਾਂ ਨੇ ਜਾਗਣਾ ਔਰ ਕਿੱਲੀ ਨਾਲ ਬਾਲ ਆਪਣੇ ਕੇਸ ਬੰਨ ਦੇਣੇ ਕਿ ਜੇ ਮੈਨੂੰ ਨੀਂਦ ਆਏਗੀ ਮੈਂ ਕਿਸੇ ਪਾਸੇ ਡਿੱਗਾਂਗਾ ਤੇ ਮੈਨੂੰ ਜਾਗ ਆ ਜਾਏਗੀ। ਕਿੱਲੀ ਦੇ ਨਾਲ ਬਾਲ ਬਣਨ ਦਾ ਮਕਸਦ ਸੀ। ਸਾਨੂੰ ਵੀ ਸਾਡੇ ਕੋਲ ਸੈਂਕੜੇ ਰਿਪੋਰਟਾਂ ਆਉਂਦੀਆਂ, ਜਦੋਂ ਵੀ ਕਦੇ ਕੋਈ ਕਹਿੰਦਾ ਜੀ ਮੈਂ ਭਜਨ ਕਰਦਾ ਮੈਨੂੰ ਨੀਂਦ ਆ ਜਾਂਦੀ ਹੈ। ਨੀਂਦ ਦੇ ਬੜੇ ਇਲਾਜ ਹੁੰਦੇ ਆ। ਜਦੋਂ ਬੰਦੇ ਨੂੰ ਐਂ ਤੂੰ ਭੁੱਸਾ ਕਿਆ ਵਾ, ਐਂ ਮੈਂ ਮਿੱਟੀ ਖਾਣਾ, ਤੇ ਤੂੰ ਨਾ ਖਾ ਮਿੱਟੀ, ਤੂੰ ਭੁੱਸਾ ਜੋ ਹੋ ਗਿਆ ਨਾ, ਮਿੱਟੀ ਨਹੀਂ ਖਾ ਤੂੰ, ਜਦੋਂ ਤੂੰ ਖਾਣਾ ਹੈ ਤੇ ਤੂੰ ਹੋਣਾ ਹੀ ਹੈ। ਅਸੀਂ ਨੀਂਦ ਦੇ ਇਲਾਜ ਬਹੁਤ ਕਰ ਸਕਦੇ ਹਾਂ। ਸਾਨੂੰ ਗੱਲਾਂ ਬਾਤਾਂ ਕਰਦਿਆਂ ਨੀਂਦ ਨਹੀਂ ਆਉਂਦੀ, ਔਰ ਮਹਿਫਲਾਂ ਦੇ ਵਿੱਚ ਸਾਨੂੰ ਨੀਂਦ ਨਹੀਂ ਆਉਂਦੀ, ਔਰ ਕੰਮ ਕਰਦੇ ਹਾਂ ਸਾਰੀ ਸਾਰੀ ਰਾਤ, ਅਸੀਂ ਨੌਕਰੀਆਂ ਕਰਦੇ ਹਾਂ ਕੰਮ ਕਰਦੇ ਹਾਂ, ਨੀਂਦ ਨਹੀਂ ਆਉਂਦੀ। ਕੀ ਸਾਨੂੰ ਭਜਨ ਦੇ ਵੇਲੇ ਹੀ ਨੀਂਦ ਆਉਂਦੀ ਹੈ? ਤਾਂ ਫਿਰ ਅਸੀਂ ਲਿਆਵਾਂਗੇ ਕੀ? ਸਾਨੂੰ ਉਸ ਕੰਮ ਦੇ ਵਿੱਚ ਵੀ ਆਪਣੀ ਪੂਰੀ ਹੁਸ਼ਿਆਰੀ, ਸਵਾਮੀ ਜੀ ਮਹਾਰਾਜ ਨੇ ਇੱਕ ਸਿਪਾਹੀ ਦਾ ਰੁਤਬਾ ਦਿੱਤਾ ਹੈ ਸਤਸੰਗੀ ਨੂੰ, ਕਿ ਸਤਸੰਗੀ ਨੇ ਇੱਕ ਸਿਪਾਹੀ ਦੀ ਤਰ੍ਹਾਂ ਬਿਲਕੁਲ ਤਿਆਰ ਰਹਿਣਾ ਚਾਹੀਦਾ, ਜਿਸ ਤਰ੍ਹਾਂ ਸਿਪਾਹੀ ਆਪਣੀ ਬੂਟ ਪੱਟੀ ਸਾਰਾ ਸਮਾਨ ਜਿਹੜਾ ਬਿਲਕੁਲ ਤਿਆਰ ਕਰਕੇ ਰੱਖਦਾ ਹੈ, ਪਤਾ ਨਹੀਂ ਮੇਰੀ ਕਿਹੜੇ ਵਕਤ ਕਿੱਧਰ ਮੇਰੀ ਡਿਊਟੀ ਜਾਂ ਤਬਦੀਲੀ ਹੋ ਜਾਵੇ। ਇਸ ਤਰ੍ਹਾਂ ਹੀ ਸਤਸੰਗੀ ਨੂੰ ਵੀ ਬਿਲਕੁਲ ਆਪਣੀ ਤਿਆਰੀ ਰੱਖਣੀ ਚਾਹੀਦੀ ਹੈ, ਔਰ ਰਾਤ ਦੇ ਸਮੇਂ ਜਾਗਣਾ ਚਾਹੀਦਾ, ਜਾਗ ਕੇ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਜੋ ਵੀ ਮੁਰਸ਼ਦ ਨੇ ਦੱਸਿਆ ਉਹਦੇ ਮੁਤਾਬਕ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਇੱਕ ਸ਼ਬਦ ਵਿੱਚ ਫਰਮਾਇਆ ਹੈ, ਕੰਧਾ ਤਾਵਤ ਦਿਨ ਗਿਆ ਰਾਤ ਗਵਾਈ ਸੋਏ। ਐ ਪੁਰਸ਼, ਦੁਨੀਆਂ ਦੇ ਧੰਦਿਆਂ ਵਿੱਚ ਤੇਰਾ ਦਿਨ ਲੰਘ ਗਿਆ, ਰਾਤ ਸੌਂ ਕੇ ਲੰਘ ਗਈ। ਕੁੱਤੇ ਬਿੱਲੇ ਵੀ ਸੌਂਗੇ, ਪਸ਼ੂ ਵੀ ਸੌਂਗੇ, ਪਰਿੰਦੇ ਵੀ ਸੌਂਗੇ, ਕੀੜੇ ਮਕੌੜੇ ਵੀ ਸੌਂਗੇ, ਹਰ ਇੱਕ ਚੀਜ਼ ਸੌਂ ਜਾਂਦੀ ਹੈ ਰਾਤ ਦੇ ਸਮੇਂ। ਅਸੀਂ ਵੀ ਸੌਂਗੇ, ਸਾਡੇ ਵਿੱਚ ਉਹਨਾਂ ਵਿੱਚ ਕੀ ਫਰਕ ਰਿਹਾ? ਅਸੀਂ ਇਨਸਾਨ ਹਾਂ, ਤੱਤਾਂ ਦੇ ਲਿਹਾਜ਼ ਨਾਲ ਅਸੀਂ ਸਭ ਤੋਂ ਬੜੇ ਹਾਂ। ਜਿਤਨੀ ਵੀ ਦੁਨੀਆਂ ਵਿੱਚ ਪੈਦਾਇਸ਼ ਹੋਈ ਹੈ, ਇਹ ਸਾਰਿਆਂ ਦਾ ਅਵਸਰ ਹੈ। ਬੜਾ ਕਿਸ ਤਰ੍ਹਾਂ ਬਣ ਸਕਦਾ ਹੈ? ਕੌਣ ਬੜਾ ਮਾਇਆ ਵਡਿਆਈ? ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਸੋ ਬੜਾ ਜਿਸ ਹਰ ਲੇਵਲ ਲਾਈ। ਸੋ ਦਾ ਲਫ਼ਜ਼ ਜਿਹੜਾ ਹੈ ਮੁਸ਼ਤਰਕਾ ਸ਼ਬਦ ਹੈ, ਪਤਾ ਨਹੀਂ ਕੌਣ ਹੈ ਤੇ ਕੌਣ ਨਹੀਂ ਹੈ। ਕੌਣ ਬੜਾ ਮਾਇਆ ਵਡਿਆਈ? ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਸੋ ਬੜਾ ਜਿਸ ਹਰ ਲੇਵਲ ਲਾਈ, ਜਿਸਨੇ ਆਪਣੇ ਪਰਮਾਤਮਾ ਦੇ ਨਾਲ ਲੇਵਲ ਲਾਈ ਹੈ, ਰਾਤ ਦੇ ਸਮੇਂ ਜਾਗਿਆ ਹੈ ਔਰ ਉਸ ਮਾਲਕ ਵੱਲ ਧਿਆਨ ਕੀਤਾ ਹੈ, ਉਹ ਬੜਾ ਹੈ। ਚਾਹੇ ਕੋਈ ਇਸਤਰੀ ਹੈ, ਚਾਹੇ ਪੁਰਸ਼ ਹੈ, ਚਾਹੇ ਬੜਾ ਹੈ ਚਾਹੇ ਛੋਟਾ ਹੈ, ਕਿਉਂਕਿ ਉੱਥੇ ਪਰਮਾਤਮਾ ਦੇ ਘਰ ਕੋਈ ਲਿਹਾਜ਼ ਨਹੀਂ।
ਉੱਥੇ ਬੜੇ ਛੋਟੇ ਦਾ ਕੋਈ ਲਿਹਾਜ ਨਹੀਂ, ਉੱਥੇ ਕਰਨੀ ਦਾ ਲਿਹਾਜ ਹੈ। ਅਮਲਾਂ ਤੇ ਹੋਣ ਨਬੇੜੇ, ਜਾਤ ਕਿਸੇ ਪੁੱਛਣੀ ਨਹੀਂ, ਉੱਥੇ ਜਾਤਾਂ ਪਾਤਾਂ ਕਿਸੇ ਪੁੱਛਣੀਆਂ ਨਹੀਂ, ਸਾਡੇ ਅਮਲ ਦੇਖਣੇ ਨੇ ਕਿ ਸਾਡੇ ਅਮਲ ਕੀ ਨੇ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਪਹਿਲੀ ਤੁੱਕ ਜੀ ਹੀ ਫੈਸਲਾ ਕਰਦੇ ਹੈ, ਕਰਮ ਹੋਵੇ ਤਾਂ ਸਤਿਗੁਰ ਪਾਈ। ਸਤਿਗੁਰ ਚਾਹੀਦਾ ਹੈ, ਅੱਠ ਗੁਰ ਨਹੀਂ ਚਾਹੀਦਾ। ਜਿਹਨਾਂ ਦਾ ਦਰਬਾਰ ਹੈ ਉਹਨਾਂ ਨੇ ਸਾਰੀ ਉਮਰ ਸੱਤ ਦਾ ਕੋਰਸ ਕੀਤਾ। ਕਬੀਰ ਸਾਹਿਬ ਜੀ ਮਹਾਰਾਜ ਵੀ ਸੱਤ ਦੀ ਸ਼ੋਭਾ ਕੀਤੀ ਹੈ। ਸਾਰੀਆਂ ਬਾਣੀਆਂ ਦੇ ਵਿੱਚ ਕਬੀਰ ਸਾਹਿਬ ਜੀ ਮਹਾਰਾਜ ਸੱਤ ਹੀ ਦੱਸਦੇ ਹੈ। ਸੱਤ ਗਿਆ ਤੋ ਕਿਆ ਰਿਹਾ, ਸੀਲ ਗਿਆ ਸਭ ਝਾੜ, ਭਗਤੀ ਖੇਤ ਕੈਸੇ ਬਚੇ ਜਬ ਟੁੱਟ ਗਈ ਹੈ ਬਾੜ। ਹੋਰ ਵੀ ਜਿਹੜੇ ਸ਼ਬਦ ਅਭਿਆਸੀ ਫਕੀਰ ਹੋਏ ਹੈ ਉਹਨਾਂ ਵੀ ਆਪਣੇ ਮਾਲਕ ਪਾਸੋਂ, ਆਪਣੇ ਮੁਰਸ਼ਦ ਪਾਸੋਂ ਜੇ ਕੋਈ ਦਾਤ ਮੰਗੀ ਹੈ ਤੇ ਉਹਨਾਂ ਦੀ ਸੱਤ ਦੀ ਮੰਗੀ ਹੈ। ਦਾਦੂ ਸਾਹਿਬ ਜੀ ਮੁਸਲਮਾਨ ਫਕੀਰ ਹੋਏ ਹੈ, ਬੜੇ ਆਲਾ ਫਕੀਰ ਹੋਏ ਹੈ, ਬੜੇ ਸ਼ਬਦ ਵਿਆਸੀ, ਉਹਨਾਂ ਵੀ ਆਪਣੇ ਮੁਰਸ਼ਦ ਪਾਸੋਂ ਇਹੀ ਮੰਗਿਆ, ਸਾਈਂ ਸੱਤ ਸੰਦੋਖ ਦੇ, ਭਗਤ ਭਾਵ ਵਿਸ਼ਵਾਸ, ਸਿਦਕ ਸਬੂਰੀ ਸਾਂਚ ਦੇ, ਮੰਗੇ ਦਾਦੂ ਦਾਸ। ਉਹਨਾਂ ਕੋਈ ਦੁਨੀਆਂ ਦੀ ਚੀਜ਼ ਨਹੀਂ ਮੰਗੀ, ਕੋਈ ਪਰਿਵਾਰ ਨਹੀਂ ਮੰਗਿਆ, ਕੋਈ ਧਨ ਪਦਾਰਥ ਨਹੀਂ ਮੰਗਿਆ, ਕੋਈ ਮਾਨ ਵਡਿਆਈ ਨਹੀਂ ਮੰਗੀ, ਸਿਰਫ ਇੱਕੋ ਚੀਜ਼ ਮੰਗੀ ਜਿਹਦੇ ਨਾਲ ਸਾਡੀ ਉੱਨਤੀ ਹੋ ਸਕਦੀ ਹੈ, ਜਿਹਦੇ ਨਾਲ ਸਾਨੂੰ ਸੁੱਖ ਮਿਲ ਸਕਦਾ ਹੈ, ਜਿਹਦੇ ਨਾਲ ਅਸੀਂ ਆਪਣੇ ਘਰ ਜਾ ਸਕਦੇ ਹਾਂ। ਸੱਤ ਇਹ ਪਰਮਾਰਥ ਦੀ ਮਜ਼ਬੂਤ ਮਨਿਆਦ ਹੈ। ਜਿਸ ਤਰ੍ਹਾਂ ਅਸੀਂ ਕਿਸੇ ਮਕਾਨ ਨੂੰ ਬਣਾਉਣਾ ਹੁੰਦਾ ਹੈ, ਮਜ਼ਬੂਤ ਮਨਿਆਦ ਰੱਖਦੇ ਹਾਂ ਕਿਸ ਵਾਸਤੇ ਕਿ ਜੇ ਸਾਨੂੰ ਮਾਲਕ ਪੁਰਜੋ ਦੇ ਤੇ ਅਸੀਂ ਹੋਰ ਇਹਦੇ ਉੱਤੇ ਬਣਾ ਸਕੀਏ। ਇਸੇ ਵਾਸਤੇ ਬਾਣੀ 'ਚ ਗੁਰੂ ਸਾਹਿਬ ਜੀ ਫਰਮਾਉਂਦੇ, ਸੋਚੋ ਔਰ ਵਧੋ, ਸੋਚੋ ਔਰ ਵਧੋ। ਅਸੀਂ ਕਿਸ ਵਕਤ ਸੋਚਣਾ ਹੈ ਕਿ ਰਾਤ ਦੇ ਸਮੇਂ ਬੈਠਣਾ ਹੈ, ਅਸੀਂ ਸਤਿਗੁਰ ਵੱਲ ਧਿਆਨ ਲੈਣਾ ਹੈ। ਸਾਡਾ ਧਿਆਨ ਜੇ ਜਾਂਦਾ ਨਹੀਂ ਫਿਰ ਅਸੀਂ ਸੋਚਣਾ ਕਿ ਅਸੀਂ ਕੀ ਕੀਤਾ ਹੈ, ਕਿਹੜਾ ਕੋਈ ਕਰਮ ਕੀਤਾ, ਸਾਡੀ ਵਿਰਤੀ ਕਿਉਂ ਨਹੀਂ ਉਸ ਪਾਸੇ ਜਾਂਦੀ। ਅਸੀਂ ਉਸ ਵਕਤ ਸੋਚਣਾ ਹੈ ਕਿ ਕਿਉਂ ਨਹੀਂ ਸਾਡੀ ਵਿਰਤੀ ਉੱਧਰ ਲੱਗਦੀ ਚਰਨਾਂ ਦੇ ਨਾਲ, ਕੀ ਅਸੀਂ ਕੋਈ ਨੁਕਸ ਕੀਤਾ ਹੈ, ਕੋਈ ਗਲਤ ਕੰਮ ਕੀਤਾ ਹੈ, ਜੇ ਕੀਤਾ ਹੈ ਤਾਂ ਸਾਨੂੰ ਉਸ ਵਕਤ ਮਾਫ਼ੀ ਮੰਗਣੀ ਚਾਹੀਦੀ ਹੈ ਉਸ ਮਾਲਕ ਪਾਸੋਂ, ਕਹਿ ਮਾਲਕ ਅਸੀਂ ਅੱਗੇ ਵਾਸਤੇ ਐਸਾ ਨਹੀਂ ਕਰਦੇ, ਤੂੰ ਸਾਡੇ 'ਤੇ ਕਿਰਪਾ ਕਰ। ਉਹ ਮਾਲਕ ਬਖਸ਼ਣਹਾਰ ਹੈ, ਸਾਨੂੰ ਜ਼ਰੂਰ ਬਖਸ਼ੇਗਾ, ਪਰ ਜੇ ਅਸੀਂ ਸੱਚੇ ਦਿਲ ਨਾਲ ਫਰਿਆਦ ਕਰਾਂਗੇ ਤਾਂ। ਅਸੀਂ ਕਰਮ ਬਣਾਉਣਾ ਹੈ, ਕਰਮ ਸਾਨੂੰ ਬਣਿਆ ਨਹੀਂ ਮਿਲਣਾ। ਜਿਉਂ ਜਿਉਂ ਅਸੀਂ ਕਰਾਂਗੇ ਸਾਡਾ ਕਰਮ ਬਣਨਾ ਸ਼ੁਰੂ ਹੋ ਜਾਏਗਾ। ਔਰ ਕੋਈ ਇਹ ਨਹੀਂ ਕਿ ਜਿਹਨੂੰ ਵੀ ਜਿਸਨੇ ਵੀ ਕੀਤਾ ਉਹਦਾ ਕਰਮ ਦਾ ਫਾਇਦਾ ਨਹੀਂ ਮਿਲਿਆ, ਉਹ ਮਾਲਕ ਬੇਨਿਆ ਨਹੀਂ ਕਰਦਾ। ਉਹ ਸਾਨੂੰ ਜ਼ਰੂਰ ਫਾਇਦਾ ਦੇਗਾ, ਦੁਨੀਆਂ 'ਚ ਦੇਗਾ, ਪਰਮਾਰਥ ਦਾ ਵੀ ਦੇਗਾ। ਮਹਾਰਾਜ ਤੀਸਰੀ ਪਾਤਸ਼ਾਹੀ ਨੂੰ ਫਾਇਦਾ ਮਿਲਿਆ, ਪਹਿਲੀ ਅਵਸਥਾ ਦੇ ਵਿੱਚ ਕੁਝ ਨਹੀਂ ਮਿਲਿਆ। ਔਰ ਜਦੋਂ 12 ਸਾਲ ਪਾਣੀ ਲਿਆ ਕੇ ਮੁਰਸ਼ਦ ਨੂੰ ਇਸ਼ਨਾਨ ਕਰਾਇਆ, 12 ਸਾਲ ਦੇ ਬਾਅਦ ਜਦੋਂ ਉਹਨਾਂ ਦੀ ਸਫਾਈ ਹੋਈ, ਫੌਰਨ ਅੰਦਰੋਂ ਸ਼ਬਦ ਪ੍ਰਗਟ ਹੋ ਗਿਆ। ਉਹ ਸ਼ਬਦ ਸਾਡੇ ਸਾਰਿਆਂ ਦੇ ਅੰਦਰ ਹੈ।
ਉਹੀ ਸ਼ਬਦ ਸਾਡੀ ਅਸਲੀ ਸਾਨੂੰ ਸੁੱਖ ਦੇਣ ਵਾਲਾ, ਉਸੇ ਸ਼ਬਦ ਦੇ ਨਾਲ ਅਸੀਂ ਆਪਣੇ ਘਰ ਜਾ ਸਕਦੇ ਹਾਂ, ਉਸੇ ਸ਼ਬਦ ਨਾਲ ਸਾਨੂੰ ਸੁੱਖ ਮਿਲ ਸਕਦਾ ਹੈ। ਲੇਕਿਨ ਉਹ ਮਹਿਫਲਾਂ ਦਾ ਕੰਮ ਨਹੀਂ, ਉਹ ਪਾਰਟੀਆਂ ਦਾ ਕੰਮ ਨਹੀਂ, ਅਕਲ ਦਾ ਕੰਮ ਨਹੀਂ, ਪੈਸਿਆਂ ਦਾ ਕੰਮ ਨਹੀਂ। ਸਵਾਮੀ ਜੀ ਮਹਾਰਾਜ ਬਾਣੀ 'ਚ ਫਰਮਾਉਂਦੇ ਹੈ, ਤੂੰ ਬੈਠ ਅਕੇਲਾ ਧਿਆਨ ਕਰ ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤੂੰ ਇਕੱਲਾ ਬੈਠ ਔਰ ਧਿਆਨ ਕਰ, ਫਿਰ ਤੈਨੂੰ ਕੋਈ ਨਾ ਕੋਈ ਨਿਸ਼ਾਨੀ ਜ਼ਰੂਰ ਸ਼ਬਦ ਦੀ ਮਿਲੇਗੀ। ਉਹ ਸ਼ਬਦ ਦੇ ਸੁਣਨ ਵਾਸਤੇ, ਉਹ ਸ਼ਬਦ ਦੇ ਹਾਸਲ ਕਰਨ ਵਾਸਤੇ ਸਾਨੂੰ ਮਹਿਫਲਾਂ ਦੀ ਲੋੜ ਨਹੀਂ, ਪਾਰਟੀਆਂ ਦੀ ਜ਼ਰੂਰਤ ਨਹੀਂ, ਅਕਲ ਦੀ ਜ਼ਰੂਰਤ ਨਹੀਂ। ਸਾਨੂੰ ਅਕਲ ਛੱਡ ਕੇ ਹੀ ਉਸ ਨੂੰ ਸੁਣਨਾ ਪਏਗਾ। ਅਕਲ ਮੁਰਸ਼ਦ ਦੀ ਲੈਣਾ ਪਏਗੀ, ਜੋ ਮੁਰਸ਼ਦ ਕਹਿੰਦਾ ਸੋ ਸਾਨੂੰ ਕਰਨਾ ਪਏਗਾ। ਤਦ ਅਸੀਂ ਉਸ ਚੀਜ਼ ਨੂੰ ਹਾਸਲ ਕਰ ਸਕਦੇ ਹਾਂ, ਆਪਣੀ ਅਕਲ ਨਾਲ ਨਹੀਂ ਕਰ ਸਕਦੇ। ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ ਹੈ, ਅਗਰ ਐਸਾ ਕੋਈ ਗੁਰਮੁਖ ਜਦੋਂ ਸਾਨੂੰ ਮਿਲਦਾ ਹੈ ਸਤਿਗੁਰ, ਫਿਰ ਸਾਨੂੰ ਕੀ ਕਰੇਗਾ, ਕੀ ਦੱਸੇਗਾ? ਸਾਡੀ ਬਿਰਤੀ ਨੂੰ ਸ਼ਬਦ ਨਾਲ ਲਗਾ ਦੇਗਾ, ਸਾਨੂੰ ਸਾਧ ਸੰਗਤ ਦੇ ਵੱਲ ਸਾਡਾ ਧਿਆਨ ਲਗਾ ਦੇਗਾ, ਸਾਡਾ ਇੱਕ ਕਾਂਟਾ ਹੀ ਬਦਲ ਦੇਗਾ, ਸਾਡੇ ਖਿਆਲ ਨੂੰ ਬਦਲ ਦੇਗਾ। ਸੈਂਤ ਹੋਰ ਕੁਛ ਨਹੀਂ ਕਰਦੇ। ਜਿਸ ਤਰ੍ਹਾਂ ਗੱਡੀ ਦਾ ਕਾਂਟਾ ਬਦਲਿਆ ਜਾਂਦਾ ਤਾਂ ਗੱਡੀ ਦੂਸਰੀ ਲੈਣ 'ਤੇ ਹੋ ਜਾਂਦੀ ਹੈ, ਸਾਡੀ ਲੈਣ ਨੂੰ ਹੀ ਸੰਤਾਂ ਨੇ ਬਦਲਣਾ ਹੈ। ਜਿਹੜੇ ਅਸੀਂ ਮਾੜੇ ਕਰਮ ਕਰਨੇ ਆ, ਮਾੜੇ ਪਾਸੇ ਸਾਡੇ ਖਿਆਲ ਜਾਂਦੇ ਹੈ, ਉਹ ਸਾਡੇ ਖਿਆਲ ਨੂੰ ਤਬਦੀਲ ਕਰਕੇ ਚੰਗੇ ਪਾਸੇ ਦੇ ਲਾਉਣ ਦੀ ਕੋਸ਼ਿਸ਼ ਕਰਦੇ। ਇਹ ਸੰਤ ਸਾਡਾ ਕਰਮ ਬਣਾਉਂਦੇ ਔਰ ਉਸ ਕਰਮ ਦਾ ਸਾਨੂੰ ਫਲ ਮਿਲਦਾ ਹੈ। ਕੋਈ ਦੁਨੀਆ 'ਤੇ ਐਸਾ ਨਹੀਂ ਜਿਹਨੂੰ ਨਹੀਂ ਫਲ ਮਿਲਦਾ। ਕਈ ਵਾਰ ਅੱਗੇ ਵੀ ਦੱਸਿਆ ਕਿ ਸੈਨਾ ਭਗਤ ਹੋਇਆ, ਪਰਮਾਤਮਾ ਬਕਤ ਸਰ ਹਰ ਇੱਕ ਦੀ ਮਦਦ ਕਰਦਾ ਹੈ, ਪਰ ਸਮੇਂ ਪਰ। ਸੈਨਾ ਭਗਤ ਬਹੁਤ ਪ੍ਰੇਮੀ ਸੀ, ਬੰਦਗੀ ਵਾਲਾ ਸੀ, ਵਿਸ਼ਵਾਸ ਵਾਲਾ ਸੀ, ਪਾਤਸ਼ਾਹ ਦਾ ਨੌਕਰ ਸੀ। ਪਾਤਸ਼ਾਹ ਨੂੰ ਸੁਬਹਾ ਸੁਬਹਾ ਇਸ਼ਨਾਨ ਕਰਾਉਣਾ, ਕੱਪੜੇ ਬਣਾਉਣੇ ਔਰ ਸਾਰੀ ਪੂਰੀ ਤਿਆਰੀ ਕਰਕੇ ਫਿਰ ਕਚਹਿਰੀ ਭੇਜਦਾ ਹੁੰਦਾ ਸੀ। ਇੱਕ ਦਿਨ ਸ਼ਹਿਰ ਦੇ ਵਿੱਚ ਕੋਈ ਸਾਧ ਮੰਡਲੀ ਆਈ ਸੀ, ਉਹਦੇ ਵਿੱਚ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਉਹਨਾਂ ਦੇ ਵਿੱਚ ਬੈਠਾ ਸੀ, ਬੇਹੋਸ਼ ਹੋ ਗਿਆ, ਮਸਤੀ 'ਚ ਆ ਗਿਆ ਅਤੇ ਪਾਤਸ਼ਾਹ ਦੇ ਸੇਵਾ ਕਰਨ ਦੀ ਹੀ ਭੁੱਲ ਗਿਆ, ਜਾਣਾ ਹੀ ਭੁੱਲ ਗਿਆ। ਜਦੋਂ ਭੁੱਲ ਗਿਆ ਤਾਂ ਉਹ ਟਾਈਮ ਆਇਆ ਅਤੇ ਖੁਦ ਪਰਮਾਤਮਾ ਨੂੰ ਹੀ ਸੈਨਾ ਬਣਨਾ ਪਿਆ, ਸੈਨੇ ਦਾ ਰੂਪ ਬਣਾਉਣਾ ਪਿਆ। ਜਾ ਕੇ ਉਸ ਈਸ਼ਵਰ ਨੇ ਜਾ ਕੇ ਜੋ ਵੀ ਸੈਨਾ ਕੰਮ ਕਰਦਾ ਸੀ ਸਾਰਾ ਕੰਮ ਕੀਤਾ, ਔਰ ਪਾਤਸ਼ਾਹ ਬੜਾ ਖੁਸ਼ ਹੋਇਆ। ਖੁਸ਼ ਹੋ ਕੇ ਜਿਹੜੀ ਉਹਨਾਂ ਦੇ ਗੱਲ ਮੋਤੀਆਂ ਦੀ ਮਾਲਾ ਸੀ ਸੈਨੇ ਦੇ ਗੱਲ ਪਾ ਦਿੱਤੀ। ਜਦੋਂ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਸ਼ਬਦ ਸਮਾਪਤ ਕੀਤੇ, ਉਹਨਾਂ ਹੋਸ਼ ਆ ਗਈ। ਸੈਨਾ ਸੋਚਦਾ ਹੈ ਇਹ ਕੀ ਬਣਿਆ ਮੇਰੇ ਨਾਲ, ਮੈਂ ਪਾਤਸ਼ਾਹ ਦੀ ਸੇਵਾ ਕਰਨ ਵਾਸਤੇ ਜਾਣਾ ਸੀ, ਅੱਜ ਮੈਂ ਸੇਵਾ ਕਰਨ ਨਹੀਂ ਗਿਆ।
ਪਤਾ ਨਹੀਂ ਪਾਤਸ਼ਾਹ ਮੈਨੂੰ ਕੀ ਸਜ਼ਾ ਦੇਗਾ। ਡਰਦਾ ਡਰਦਾ ਵਿਚਾਰਾ ਗਰੀਬ ਚਲਾ ਗਿਆ। ਜਾ ਕੇ ਹੱਥ ਬੰਨ ਕੇ ਬੇਨਤੀ ਕਰਦਾ, ਮਹਾਰਾਜ ਮੈਨੂੰ ਬਖਸ਼ੋ, ਮੇਰੇ ਤੇ ਦਇਆ ਕਰੋ, ਮੈਂ ਅੱਜ ਤੁਹਾਡੀ ਸੇਵਾ ਕਰਨ ਨਹੀਂ ਆਇਆ। ਸੈਨਿਆ ਤੂੰ ਅਜੇ ਹੁਣ ਸੇਵਾ ਕਰਕੇ ਗਿਆ ਹੈ, ਤੂੰ ਕੀ ਗੱਲ, ਤੈਨੂੰ ਸ਼ਦਾਈ, ਤੂੰ ਸ਼ਦਾਈ ਤੇ ਨਹੀਂ ਹੋ ਗਿਆ, ਤੈਨੂੰ ਹੋਸ਼ ਹੈ ਜਾਂ ਨਹੀਂ? ਜਿਉਂ ਜਿਉਂ ਪਾਤਸ਼ਾਹ ਕਵੇ ਉਹ ਡਰੀ ਜਾਵੇ ਵਿਚਾਰਾ, ਮਹਾਰਾਜ ਮੈਂ ਨਹੀਂ ਆਇਆ, ਤੁਸੀਂ ਮੈਨੂੰ ਬਖਸ਼ੋ, ਮੇਰੇ ਤੇ ਦਇਆ ਕਰੋ, ਮੈਂ ਅੱਜ ਇੱਕ ਸਾਧ ਮੰਡਲੀ ਆਈ ਸੀ, ਉਹਨਾਂ ਦੇ ਵਿੱਚ ਬੈਠ ਕੇ ਮੈਨੂੰ ਹੋਸ਼ ਨਹੀਂ ਰਹੀ ਤੇ ਮੈਂ ਭੁੱਲ ਗਿਆ ਜੀ, ਤੁਸੀਂ ਮੈਨੂੰ ਬਖਸ਼ੋ, ਮੈਂ ਆਇਆ ਨਹੀਂ ਤੁਹਾਡੀ ਸੇਵਾ ਕਰਨ ਵਾਸਤੇ। ਪਾਤਸ਼ਾਹ ਬਥੇਰਾ ਉਹਨੂੰ ਸਮਝਾਵੇ, ਸੈਨਿਆ ਤੈਨੂੰ ਹੋਇਆ ਕੀ ਹੈ, ਦੇਖ ਤੂੰ ਅੱਜ ਜਿਹੜੀ ਸੇਵਾ ਕੀਤੀ ਹੈ, ਮੈਂ ਉਸ ਸੇਵਾ ਤੇ ਬਹੁਤ ਖੁਸ਼ ਹੋਇਆ, ਔਰ ਖੁਸ਼ੀ ਦੇ ਨਾਲ ਮੈਂ ਆਪਣੀ ਗੱਲ ਦੀ ਮਾਲਾ ਤੇਰੇ ਗੱਲ 'ਚ ਪਾ ਦਿੱਤੀ। ਤੂੰ ਆਪਣੀ ਗੱਲ ਨੂੰ ਹੱਥ ਤੇ ਫੇਰ ਦੇਖ, ਮਾਲਾ ਪਾਈ ਕਿ ਨਹੀਂ, ਮੈਂ ਖੁਸ਼ੀ ਦੇ ਨਾਲ ਤੈਨੂੰ ਦੇ ਦਿੱਤੀ। ਜਦੋਂ ਉਸਨੇ ਹੱਥ ਮਾਰਿਆ ਤੂੰ ਗੱਲ 'ਚ ਮਾਲਾ ਪਈ, ਸੈਨਾ ਚੁੱਪ ਕਰ ਗਿਆ, ਸੋਚਦਾ ਹੈ ਇਹ ਉਹ ਭਗਵਾਨ ਹੀ ਆਇਆ, ਮੇਰਾ ਰੂਪ ਧਾਰ ਕੇ ਭਗਵਾਨ ਆਇਆ, ਉਹ ਹੀ ਮੇਰਾ ਕੰਮ ਕਰ ਗਿਆ। ਭਾਈ ਉਹ ਮਾਲਕ ਜਿਹੜਾ ਉਹ ਕੰਮ ਕਰਦਾ ਹੈ, ਲੇਕਿਨ ਸਾਡੇ ਵਿੱਚ ਉਤਨੀ ਤਾਕਤ ਹੋਵੇ ਜਾਂ ਉਦਾਂ ਦੇ ਸਾਡਾ ਪਿਆਰ ਹੋਵੇ। ਕਬੀਰ ਸਾਹਿਬ ਨੇ ਕਈ ਵਾਰ ਕਿਹਾ, ਜੋ ਕੀਆ ਸੋ ਹਰ ਕੀਆ ਕਹਿਤ ਕਬੀਰ ਕਬੀਰ, ਮੇਰੇ ਕੰਮ ਹਰ ਪਰਮਾਤਮਾ ਕਰਦਾ ਹੈ ਔਰ ਮੇਰਾ ਨਾਂ ਲਾਉਂਦਾ ਹੈ। ਇਸ ਵਾਸਤੇ ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਜੋ ਬਾਣੀ 'ਚ ਫਰਮਾ ਰਹੇ, ਠੀਕ ਫਰਮਾ ਰਹੇ, ਕਰਮ ਹੋਵੇ ਤਾਂ ਸਤਿਗੁਰ ਪਾਈ। ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸਤਿਗੁਰ ਮਿਲਣਾ ਬੜਾ ਔਖਾ ਹੈ, ਅੱਠ ਗੁਰ ਮਿਲ ਜਾਂਦੇ ਆ, ਅੱਠ ਗੁਰ ਜਿਹਨਾਂ ਦੇ ਵਿੱਚ ਕਾਮ ਕ੍ਰੋਧ ਮੋਹ ਲੋਭ ਅਹੰਕਾਰ ਰਜੋ ਤਮੋ ਸਤੋ ਗੁਣ, ਇਹਨਾਂ ਨੂੰ ਅੱਠ ਗੁਰ ਕਿਹਾ ਗਿਆ। ਔਰ ਕਈ ਵਾਰ ਸਤਸੰਗ 'ਚ ਕਹਿੰਦੇ ਹੁੰਦੇ ਸੀ, ਉਹਨਾਂ ਨੇ ਸਾਰੀ ਜ਼ਿੰਦਗੀ ਜਾਣੇ ਸੱਤ ਦਾ ਹੀ ਕੋਰਸ ਕੀਤਾ ਹੈਗਾ। ਇਸ ਵਾਸਤੇ ਜੋ ਕੁਛ ਵੀ ਬਾਣੀ 'ਚ ਗੁਰੂ ਸਾਹਿਬ ਜੀ ਫਰਮਾ ਰਹੇ, ਠੀਕ ਫਰਮਾ ਰਹੇ ਹੈ। ਇੱਕ ਫਕੀਰ ਨੇ ਫਰਮਾਇਆ ਹੈ, ਇਸ਼ਕ ਵਾਲੇ ਬੂਟੇ ਨੂੰ ਪਿਆਰ ਦੇ ਵਿਹੜੇ ਵਿੱਚ ਲਾਈਏ। ਆਸ਼ਕਾਂ ਦੇ ਬਾਰੇ ਬਾਰੇ ਜਾਣਾ ਚਾਹੀਦਾ, ਉਹਨਾਂ ਦੇ ਬੜੇ ਡੂੰਘੇ ਖਿਆਲ ਹੁੰਦੇ ਹੈ, ਬੜੇ ਡੂੰਘੇ ਇਸ਼ਾਰੇ ਦਿੰਦੇ ਹੈ। ਇਸ਼ਕ ਵਾਲੇ ਬੂਟੇ ਨੂੰ ਪਿਆਰ ਦੇ ਵਿਹੜੇ ਵਿੱਚ ਲਾਈਏ। ਪਿਆਰ ਕਿਸ ਨੂੰ ਕਿਹਾ ਹੈ? ਨਾਮ ਕਹਿ ਦਿਓ, ਪਿਆਰ ਕਹਿ ਦਿਓ। ਇਸ਼ਕ ਉਹਨਾਂ ਬਿਰਿਆਂ ਨੂੰ ਕਿਹਾ ਕਿ ਜਿਹੜੀ ਤੇਰੇ ਵਿੱਚ ਬਿਰਿਆਂ ਆਉਂਦੀ ਹੈ, ਪਿਆਰ ਆਉਂਦਾ ਹੈ ਮਾਲਕ ਦੇ ਮਿਲਣ ਦਾ, ਉਸ ਵਕਤ ਤੂੰ ਫੌਰਨ ਉਸ ਨਾਮ ਦੀ ਤਰਫ ਲੈ ਜਾ। ਨਾਮ ਦੀ ਦੀਵਾਰ ਅੱਗੇ ਖੜੀ ਹੋਏਗੀ, ਤੇਰੀ ਬਿਰਿਆਂ ਜਿਹੜੀ ਹੈ ਮਾਲਕ ਦੇ ਮਿਲਣ ਦੀ ਖਾਸ਼ ਤੇਰੀ ਆਉਂਦੀ ਹੈ, ਉਹ ਜਾਇਆ ਨਾ ਜਾਏਗੀ, ਤਾਂ ਕਿ ਉਸਦੀ ਰੁਕਾਵਟ ਅੱਗੇ ਨਾਮ ਹੋਏਗਾ, ਉਹ ਨਾਮ ਦੇ ਨਾਲ ਤੇ ਥੰਮੀ ਜਾਏਗੀ, ਤੈਨੂੰ ਫਾਇਦਾ ਦੇਗੀ।
ਜੇ ਤੇਰੇ 'ਚ ਅੰਦਰ ਪਿਆਰ ਆਇਆ, ਉਹ ਵਿਰਿਆ ਆਈ, ਉਹ ਇਸ਼ਕ ਬਾਲਕ ਦੇ ਮਿਲਣ ਦਾ ਆਇਆ, ਤਾਂ ਉਹ ਦੁਨੀਆਂ 'ਚ ਲੱਗ ਗਿਆ ਜਾਂ ਕਿਸੇ ਹੋਰ ਪਾਸੇ ਲੱਗ ਗਿਆ, ਤੈਨੂੰ ਕੋਈ ਫਾਇਦਾ ਨਹੀਂ। ਉਹ ਲਹਿਰਾਂ ਕਦੀ ਕਦੀ ਆਉਂਦੀਆਂ ਨੇ ਦਰਿਆਵਾਂ ਦੇ ਹਾੜ, ਅਤੇ ਇਸ਼ਕ ਮਾਲਕ ਦੇ ਮਿਲਣ ਦਾ ਕਦੀ ਕਦੀ ਆਉਂਦਾ ਹੈ, ਉਹ ਰੋਜ਼ ਨਹੀਂ ਆਉਂਦਾ। ਇਹ ਵੀ ਕਦੀ ਆਉਂਦਾ ਹੈ, ਜੇ ਅਗਰ ਸਾਂਭਿਆ ਜਾਏ ਤਾਂ ਫਾਇਦਾ, ਨਹੀਂ ਸਾਂਭਿਆ ਜਾਏ ਤਾਂ ਕੋਈ ਫਾਇਦਾ ਨਹੀਂ। ਬਾਣੀ ਜੀ ਵੀ ਦੱਸਿਆ, ਜਿਨ ਪ੍ਰੇਮ ਕੀਆ ਤਿੰਨ ਪ੍ਰਭ ਪਾਇਆ। ਪਿਆਰ ਦੇ ਵਿਹੜੇ ਵਿੱਚ ਲਾ ਦੇ ਉਸ ਬੂਟੇ ਨੂੰ, ਤਾਂ ਕਿ ਉਸ ਉਹ ਜਿਹੜੀ ਲਹਿਰ ਆਉਣੀ ਹੈ, ਉੱਥੇ ਅੱਗੇ ਨਾਮ ਦੀ ਰੁਕਾਵਟ ਹੋਵੇ, ਨਾਮ ਦੀ ਦੀਵਾਰ ਲੱਗੀ ਹੋਵੇ, ਤਾਂ ਕਿ ਰੁਕਾਵਟ ਹੋ ਜਾਏਗੀ, ਰੋਕਿਆ ਜਾਏਗਾ, ਤੈਨੂੰ ਉਹਦਾ ਫਾਇਦਾ ਹੋਏਗਾ। ਆਸ਼ਕਾਂ ਦੀਆਂ ਬੜੀਆਂ ਡੂੰਘੀਆਂ ਮਿਸਾਲਾਂ ਹੁੰਦੀਆਂ ਨੇ, ਜਿਹਨਾਂ ਨੂੰ ਅਸੀਂ ਸਮਝ ਨਹੀਂ ਸਕਦੇ। ਪਹਿਲੀ ਤੁਕ ਵਿੱਚ ਹੀ ਗੁਰੂ ਸਾਹਿਬ ਨੇ ਜੋ ਫਰਮਾਇਆ ਹੈ ਕਿ ਫੈਸਲਾ ਕਰ ਦਿੱਤਾ ਹੈ ਕਿ ਭਾਈ ਕਰਮ ਦੀ ਜ਼ਰੂਰਤ ਹੈ। ਅਸੀਂ ਕਰਮ ਬਣਾਉਣ ਵਾਸਤੇ ਦੁਨੀਆਂ ਦੇ ਨੇਕਾਂ ਕਰਮ ਕਰਦੇ ਹਾਂ, ਨੇਕਾਂ ਹੀ ਕੰਮ ਕਰਦੇ ਹਾਂ, ਲੇਕਿਨ ਹਰ ਕੰਮ ਦੇ ਵਿੱਚ ਬੜਾ ਫਰਕ ਹੈ। ਜਿਹੜਾ ਕਰਮ ਸਾਨੂੰ ਕਿਸੇ ਮਹਾਂਪੁਰਖਾਂ ਦੀ ਸਪੋਰਟ ਨਾਲ ਬਣਨਾ ਹੈ, ਸਾਡਾ ਉਹਨਾਂ ਦੀ ਦਇਆ ਨਾਲ ਬਣਨਾ ਹੈ, ਉਹ ਕਰਮ ਲੋਲਾ ਦੁਨੀਆਂ ਦੇ ਵਿੱਚ ਔਰ ਈਸ਼ਵਰ ਨਾਲ ਸਾਨੂੰ ਮਿਲਾ ਦਿੰਦਾ ਹੈ। ਉਹ ਕਰਮ ਸਾਡਾ ਨਾਸ਼ ਨਹੀਂ ਹੋ ਸਕਦਾ। ਉਹ ਕਰਮ ਇੱਕ ਬੜਾ ਠੋਸ ਹੁੰਦਾ, ਮਜ਼ਬੂਤ ਹੁੰਦਾ ਹੈ। ਬਾਕੀ ਸਾਡੇ ਕਰਮ ਜਿਹੜੇ ਹੈ, ਕਈ ਵਾਰ ਕੈਂਸਲ ਵੀ ਹੋ ਜਾਂਦੇ ਹੈ, ਕਈ ਵਾਰ ਅਸੀਂ ਅਮੀਰ ਹੋ ਜਾਂਦੇ ਹਾਂ, ਕਈ ਵਾਰ ਅਸੀਂ ਗਰੀਬ ਵੀ ਹੋ ਸਕਦੇ ਹਾਂ, ਕਈ ਵਾਰ ਤੰਦਰੁਸਤੀ ਵੀ ਆ ਜਾਂਦੀ ਹੈ, ਕਈ ਵਾਰ ਬਿਮਾਰ ਵੀ ਹੋ ਸਕਦੇ ਹਾਂ। ਜਿਹਨਾਂ ਜਿਹਨਾਂ ਦੇ ਪਿੱਛੇ ਨਾਮ ਦੀ ਕਮਾਈ ਕੀਤੀ, ਉਹ ਕਰਮ ਬਣਿਆ। ਅੱਜ ਵੀ ਉਹਨਾਂ ਦੇ ਇਤਿਹਾਸ ਜਿਹੜੇ ਹੈ, ਅੱਜ ਵੀ ਉਹਨਾਂ ਦੇ ਦਿਨ ਤਿਉਹਾਰ ਮਨਾਏ ਜਾਂਦੇ ਹੈ, ਲੱਖਾਂ ਰੁਪਏ ਲੋਕ ਖਰਚ ਕਰਦੇ ਹੈ ਜਿਹਨਾਂ ਜਿਹਨਾਂ ਦੇ ਉਹ ਕਰਮ ਬਣੇ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਜੇ ਕਰਮ ਬਣਿਆ ਸੀ, ਉਹਨਾਂ ਦਾ ਕਰਮ ਸੀ, ਅਤੇ ਉਹਨਾਂ ਦੇ ਠਾਕਰ ਗੰਗਾ ਨੂੰ ਤਰਦੇ ਉਹਨਾਂ ਦੇ ਝੋਲੀ 'ਚ ਆ ਪਏ, ਉਹ ਕਰਮ ਨੇ ਲਿਆਂਦੇ ਸੀ, ਉਹਨਾਂ ਦਾ ਲਿਹਾਜ਼ ਤਾਂ ਨਹੀਂ ਕੀਤਾ ਕਿਸੇ ਨੇ। ਹੋਰ ਬਾਕੀ ਜਿਹੜੇ ਵੀ ਸ਼ੈਣੇ ਘੁੰਗਰੀਆਂ ਵਜਾਉਂਦੇ ਸੀ ਅਤੇ ਸ਼ਬਦ ਬਾਣੀਆਂ ਪੜ੍ਹਦੇ ਸੀ, ਕਿਸੇ ਦਾ ਵੀ ਨਹੀਂ ਆਇਆ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਠਾਕਰ ਦਾ ਕੋਈ ਤਲਕ ਨਹੀਂ। ਉਹ ਪਰਮਾਤਮਾ ਉਸ ਦੀ ਲੱਜਿਆ ਰੱਖਦਾ ਹੈ ਜਿਹੜਾ ਉਹਦਾ ਕੰਮ ਕਰਦਾ ਹੈ। ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਬਾਣੀ 'ਚ ਲਿਖਿਆ ਹੈ, ਪ੍ਰਭੂ ਤੂੰ ਸਾਨੂੰ ਜਨਮ ਦੇ ਕੇ ਕੁਟੰਬ ਜਾਲ ਦੇ ਵਿੱਚ ਫਸਾ ਦਿੱਤਾ ਹੈ, ਪਰ ਅਸੀਂ ਤੇਰਾ ਨਾਮ ਜਪ ਕੇ ਕੁਟੰਬ ਜਾਲ ਦੇ ਵਿੱਚੋਂ ਨਿਕਲ ਗਏ ਹਾਂ। ਹੁਣ ਅਸੀਂ ਆਪਣੇ ਜਾਲ ਦੇ ਵਿੱਚ ਤੈਨੂੰ ਫਸਾ ਲਿਆ, ਹੁਣ ਤੂੰ ਕਿਹਦਾ ਨਾਮ ਜਪੇਗਾ ਅਤੇ ਨਿਕਲੇਗਾ? ਤੂੰ ਕੀ ਕਰੇਗਾ ਹੁਣ? ਕਿੱਦਾਂ ਨਿਕਲ ਸਕਦਾ ਸਾਡੇ ਜਾਲ ਦੇ ਵਿੱਚੋਂ? ਹਰ ਇੱਕ ਫਕੀਰ ਜਦੋਂ ਨਾਮ ਜਪਦੇ ਹੈ, ਉਹ ਵਾਕਿਆ ਹੀ ਉਸ ਪ੍ਰਭੂ ਨੂੰ ਉਹਨਾਂ ਦੇ ਜਾਲ 'ਚ ਫਸਣਾ ਹੀ ਪੈਂਦਾ ਹੈਗਾ, ਔਰ ਉਹਨਾਂ ਦੇ ਕੰਮ ਕਰਨੇ ਪੈਂਦੇ ਹੈਗੇ। ਹਾਂਜੀ, ਕਰਮ ਸਤ ਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚੇਤਨਾਏ, ਹੋਵੇ ਮਾਏ ਸਦਾ ਸੁਖ ਪਾਇਆ, ਮਾਇਆ ਮੋਹ
ਇੱਕ ਹੁਮੇ ਦੀ ਬੜੀ ਦੁਆਰ ਹੈ। ਇਹ ਹੁਮੇ ਮਮਤਾ ਜਿਹੜੀ ਹੈ, ਇਸ ਦਾ ਕੋਈ ਇਲਾਜ ਨਹੀਂ, ਕੋਈ ਡਾਕਟਰ ਇਸਦੀ ਦਵਾਈ ਨਹੀਂ ਦੇ ਸਕਦਾ। ਇਹ ਬਹੁਤ ਬੜੀ ਬਿਮਾਰੀ ਹੈ ਔਰ ਇੱਕ ਨੰਗੀ ਸਾਰੇ ਜਹਾਨ ਨੂੰ ਲੱਗੀ ਹੈ। ਪਰ ਇਸ ਬਿਮਾਰੀ ਦਾ ਇਲਾਜ ਕੀ ਹੈ? ਹੁਮੇ ਮਮਤਾ ਸ਼ਬਦ ਜਲਾਏ। ਜਾਂ ਜੋ ਸਿੱਖ ਨਾਮ ਦੀ ਕਮਾਈ ਕਰਦਾ ਹੈ, ਹੁਮੇ ਮਮਤਾ ਇਹਦੀ ਘਟਨਾ ਸ਼ੁਰੂ ਹੋ ਜਾਂਦੀ ਹੈ। ਆਸਤੇ 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 ਕੋਈ ਵੀ ਦੁਨੀਆਂ ਦਾ ਕਰਮ ਹੈ, ਹਜ਼ੂਰ ਕਈ ਵਾਰ ਫਰਮਾਉਂਦੇ ਹੁੰਦੇ ਸੀ ਕਿ ਮਾੜਾ ਕਰਮ ਜਿਹੜਾ ਉਹ ਵੀ ਯਕਦਮ ਨਹੀਂ ਲੱਗਦਾ, ਉਹ ਵੀ ਹੌਲੀ ਹੌਲੀ ਵੱਧਦਾ, ਅਤੇ ਚੰਗਾ ਕੰਮ ਜਿਹੜਾ ਉਹ ਵੀ ਹੌਲੀ ਹੌਲੀ ਵੱਧਦਾ। ਤੁਸੀਂ ਕਿਸੇ ਪੌਦੇ ਨੂੰ ਲਗਾ ਦਿਓ, ਕੋਈ ਅੰਬਾਂ ਦਾ ਪੌਦਾ ਲਗਾ ਦਿਓ, ਕਿੱਕਰਾਂ ਦਾ ਲਗਾ ਦਿਓ, ਆਸਤੇ ਆਸਤੇ ਦੋਵੇਂ ਵਧਣਗੇ, ਫਲ ਪਰ ਪਤਾ ਲੱਗੇਗਾ। ਫਲ ਪਰ ਪਤਾ ਲੱਗੇਗਾ ਉਸਦਾ ਕਿ ਫਲ ਕਿਹਦਾ ਚੰਗਾ ਹੈ। ਰਾਜਾ ਜਸ਼ਨ ਇੱਕ ਫਕੀਰ ਸੀ, ਜੰਗਲ 'ਚ ਰਹਿੰਦਾ ਸੀ। ਰੋਜ਼ ਦਾ ਰੋਜ਼ ਉਸਨੇ ਸ਼ਹਿਰ ਵਿੱਚ ਆਉਣਾ ਅਤੇ ਜਿਤਨਾ ਕੁ ਖਾਣਾ ਖਾਣਾ ਹੁੰਦਾ ਸੀ ਉਹ ਮੰਗ ਕੇ ਲੈ ਜਾਂਦਾ ਹੁੰਦਾ ਸੀ। ਇੱਕ ਦਿਨ ਕਿਤੇ ਰਾਜੇ ਦੇ ਤਬੇਲੇ ਵਿੱਚ ਪਹੁੰਚਿਆ, ਰਾਜਾ ਵੀ ਉੱਥੇ ਸੀ। ਉਸਨੇ ਸਤਾ ਕੀਤੀ, ਰਾਜੇ ਨੇ ਅਹੰਕਾਰ ਵਿੱਚ ਆ ਕੇ ਕਿਹਾ ਕਿ ਇੱਥੇ ਮੈਂ ਤੈਨੂੰ ਕੀ ਦੇਵਾਂ, ਮੇਰੇ ਪਾਸ ਲਿੱਧ ਹੈ, ਜੇ ਕਮੇ ਤਾਂ ਪਾ ਦਿੰਦਾ ਹਾਂ। ਫਕੀਰ ਨੇ ਕਿਹਾ, ਮਹਾਰਾਜ ਮੈਂ ਤਾਂ ਮੰਗਣ ਆਇਆ, ਇਹ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਤੁਸੀਂ ਮੈਨੂੰ ਪਾ ਲਿਓ, ਮੈਂ ਕੀ ਕਹਿ ਸਕਦਾ। ਉਸਨੇ ਇੱਕ ਬੁੱਕ ਲਿੱਧ ਦਾ ਉਹਦੀ ਝੋਲੀ 'ਚ ਪਾ ਦਿੱਤਾ। ਉਸਨੇ ਆਪਣੇ ਕੁਟੀਏ ਦੇ ਪਿਛਲੇ ਪਾਸੇ ਲਗਾ ਦਿੱਤੀ ਢੇਰੀ। ਹੁਣ ਉਹ ਲਿੱਧ ਵਧਣਾ ਸ਼ੁਰੂ ਹੋ ਗਈ। ਰਾਜਾ ਕਿਤੇ ਜੰਗਲ ਦੀ ਸੈਰ ਆਇਆ ਅਤੇ ਬਹੁਤ ਬੜਾ ਢੇਰ ਲੱਗ ਗਿਆ ਲਿੱਧ ਦਾ। ਪਿਆਸ ਲੱਗੀ, ਉਸੇ ਫਕੀਰ ਦੀ ਕੁਠੀਆ 'ਚ ਆ ਗਿਆ। ਦੇਖਿਆ ਜਦੋਂ ਲਿੱਧ ਦਾ ਢੇਰ ਲੱਗਾ ਤਾਂ ਸੋਚਦਾ ਇਹਦੇ ਪਾਸ ਤਾਂ ਕੋਈ ਘੋੜਾ ਟੱਟੂ ਤਾਂ ਹੈ ਨਹੀਂ, ਲਿੱਧ ਆਈ ਕਿੱਥੋਂ, ਕਿਸੇ ਰਾਜੇ ਦੀ ਸੈਨਾ 'ਤੇ ਨਹੀਂ ਬੈਠੀ ਇੱਥੇ। ਪੁੱਛਿਆ, ਮਹਾਤਮਾ ਜੀ ਇਹ ਲਿੱਧ ਕਿੱਥੋਂ ਆਈ ਹੈ? ਕਹਿਣ ਲੱਗੇ, ਜੀ ਇੱਕ ਪ੍ਰੇਮੀ ਨੇ ਸਾਨੂੰ ਖੈਰ ਪਾਇਆ ਸੀ, ਸੇਵਾ ਕੀਤੀ ਸੀ, ਇਹ ਸੇਵਾ ਉਸਦੀ ਵੱਧ ਰਹੀ ਹੈ, ਇਹ ਸੇਵਾ ਉਹਦੀ ਵੱਧ ਰਹੀ ਹੈ, ਉਸਨੂੰ ਖਾਣਾ ਪੈਣੀ ਹੈ। ਕੌਣ ਸੀ ਪ੍ਰੇਮੀ? ਰਾਜਾ ਜਸ਼ ਜਦੋਂ ਸੁਣਿਆ ਕਿ ਉਹ ਤਾਂ ਨਕਰਮਾ ਮੈਂ ਹੀ ਹਾਂ, ਗਸ਼ ਖਾ ਕੇ ਡਿੱਗ ਪਿਆ, ਇਹ ਮੈਂ ਕਿਸ ਤਰ੍ਹਾਂ ਖਾਵਾਂਗਾ? ਮਹਾਰਾਜ ਮੈਂ ਲਿੱਧ ਕਿਸ ਤਰ੍ਹਾਂ ਖਾਵਾਂਗਾ? ਮੇਰੇ ਤੇ ਕਿਰਪਾ ਕਰੋ ਭਾਈ, ਇਹ ਕੌਣ ਖਾਏਗਾ? ਤੂੰ ਦਾਨ ਕੀਤਾ ਹੈ, ਤੇਰਾ ਦਾਨ ਵੱਧ ਰਿਹਾ, ਦਿਨੋਂ ਦਿਨ ਹੋਰ ਵੱਧ ਰਿਹਾ, ਇਹ ਖਾਣਾ ਤੈਨੂੰ ਹੀ ਪੈਣਾ। ਰਾਜਾ ਬੇਨਤੀਆਂ ਕਰਨ ਲੱਗ ਪਿਆ, ਰੋਵੇ ਪਿੱਟੇ, ਇਹ ਕੀ ਬਣਿਆ? ਰਹਿਮ ਆ ਗਿਆ ਫਕੀਰਾਂ ਦੇ ਵਿੱਚ। ਕਹਿਣ ਲੱਗਾ, ਭਾਈ ਖਾਣਾ ਤਾਂ ਤੈਨੂੰ ਹੀ ਪੈਣਾ, ਪਰ ਤੈਨੂੰ ਇੱਕ ਯੁਕਤੀ ਦੱਸ ਦੇਣਾ ਮੈਂ। ਫਕੀਰਾਂ ਪਾਸ ਯੁਕਤੀਆਂ ਵੀ ਹੁੰਦੀਆਂ ਨੇ, ਕਰਮ ਸਾਡਾ ਘੱਟ ਵੀ ਸਕਦਾ ਹੈ, ਵੱਧ ਵੀ ਸਕਦਾ। ਜਦੋਂ ਅਸੀਂ ਘਟਾਉਣਾ ਸ਼ੁਰੂ ਕਰਾਂਗੇ ਤਾਂ ਘੱਟ ਵੀ ਸਕਦਾ ਹੈ, ਅਤੇ ਜੇ ਵਧਾਉਣਾ ਸ਼ੁਰੂ ਕਰਾਂਗੇ ਤਾਂ ਵੱਧ ਵੀ ਸਕਦਾ। ਜਦੋਂ ਦੀਨਤਾ ਵਿੱਚ ਆ ਕੇ ਬੇਨਤੀਆਂ ਕੀਤੀਆਂ ਤਾਂ ਫਕੀਰ ਨੇ ਕਿਹਾ, ਜਾ ਫਿਰ ਅਸੀਂ ਤੈਨੂੰ ਇੱਕ ਯੁਕਤੀ ਦੱਸ ਦਿੰਦੇ ਹਾਂ,
ਇਸ ਲਿੱਦ ਨੂੰ ਪਾਣੀ ਦੇ ਵਿੱਚ ਸਾਫ ਕਰ, ਇਹਦੀ ਮੈਲ ਕੱਢੀ ਜਾ, ਪੰਜ ਚਾਰ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਸਾਫ ਕਰ, ਤੇ ਜਦੋਂ ਥੋੜੇ ਜਿਹੇ ਕੱਖ ਜੇ ਰਹਿ ਜਾਣਗੇ ਉਹਨਾਂ ਨੂੰ ਇਹ ਕੁੰਡੀ ਵਿੱਚ ਕੁੱਟ ਲੈ, ਕੁੱਟ ਕੇ ਇੱਕ ਡੱਬੀ 'ਚ ਪਾ ਦੇ, ਜਦ ਵੀ ਤੂੰ ਖਾਣਾ ਖਾਏਗਾ ਇੱਕ ਚੁੰਡੀ ਭਰ ਕੇ ਉਹਦੇ 'ਚ ਪਾ ਲਿਆ ਕਰੀ। ਲਿੱਦ 'ਚ ਛੜੀ ਮੈਲ ਮੂਲ ਹੁੰਦੀ ਹੈ, ਜਦੋਂ ਸਾਫ ਕੀਤਾ ਜਾਏ ਤਾਂ ਥੋੜ੍ਹਾ ਹੀ ਮਾਲ ਨਿਕਲਦਾ ਉਹਦੇ 'ਚ। ਜੁਗਤੀ ਦੱਸੀ ਸੰਤਾਂ ਨੇ, ਉਹ ਪਾਤਸ਼ਾਹ ਨੇ ਉਸੇ ਤਰ੍ਹਾਂ ਕੀਤਾ। ਫਿਰ ਥੋੜ੍ਹੇ ਜਿਹੇ ਕੱਖ ਜਿਹੜੇ ਰਹੇ ਉਹਨੇ ਸੁਕਾ ਕੇ ਕੁੰਡੀ 'ਚ ਕੁੱਟ ਕੇ ਡੱਬੀ 'ਚ ਪਾ ਲਏ ਔਰ ਖਾਣਾ ਪਏ। ਪਰ ਉਹ ਵੀ ਸੰਤਾਂ ਦੀ ਮਿਹਰ ਨਾਲ, ਉਹਨਾਂ ਦੀ ਜੁਗਤੀ ਨਾਲ। ਸੰਤਾਂ ਮਹਾਂਪੁਰਖਾਂ ਦੇ ਪਾਸ ਅਸੀਂ ਕਿਸ ਵਾਸਤੇ ਜਾਂਦੇ ਹਾਂ ਕਿ ਉਹਨਾਂ ਪਾਸ ਬਹੁਤ ਸਾਰੇ ਸ਼ਾਰਟਕਾਟ ਰਸਤੇ ਵੀ ਹੁੰਦੇ ਹੈ ਜਿਹਦੇ ਨਾਲ ਅਸੀਂ ਛੇਤੀ ਤੋਂ ਛੇਤੀ ਆਪਣੇ ਘਰ ਜਾ ਸਕਦੇ ਹਾਂ, ਅਤੇ ਸਾਡਾ ਕਰਮ ਬੜੇ ਤੋਂ ਛੋਟਾ ਵੀ ਹੋ ਸਕਦਾ ਹੈ ਅਤੇ ਛੋਟੇ ਤੋਂ ਬੜਾ ਵੀ ਹੋ ਸਕਦਾ। ਇੱਕ ਫਕੀਰ ਨੇ, ਰਿਸ਼ੀ ਨੇ ਆਪਣੇ ਸਿੱਖ ਨੂੰ ਕਿਸੇ ਗਲਤੀ ਕਾਰਨ ਸ਼ਰਾਪ ਦੇ ਦਿੱਤਾ ਕਿ ਤੈਨੂੰ 84 ਵਿੱਚ ਜਾਣਾ ਪਏਗਾ, 84 ਵਿੱਚ ਜਾਣਾ ਪਏਗਾ। ਉਹ ਬੇਚੈਨ ਹੋ ਕੇ ਘਰ ਬੈਠ ਗਿਆ। ਜਦੋਂ 84 ਦਾ ਹੁਕਮ ਹੋ ਗਿਆ ਕਿ ਮੁਰਸ਼ਦ ਨੇ ਦੇ ਦਿੱਤਾ, ਚਿੰਤਾ ਪੈ ਗਈ। ਕੋਈ ਮਹਾਂਪੁਰਖ ਮਿਲਿਆ ਸ਼ਬਦ ਵਿਆਸੀ, ਪੁੱਛਿਆ ਭਾਈ ਤੂੰ ਇੰਨੀ ਚਿੰਤਾ ਕਿਉਂ ਕਰਦਾ ਹੈ? ਕਹਿੰਦਾ ਮੇਰੇ ਮੁਰਸ਼ਦ ਨੇ ਮੈਨੂੰ ਸ਼ਰਾਫ ਦੇ ਦਿੱਤਾ ਕਿ ਤੈਨੂੰ 84 ਜੇ ਜਾਣਾ ਪਏਗਾ। ਕਹਿੰਦਾ ਕੋਈ ਗੱਲ ਨਹੀਂ, ਤੂੰ ਇੰਨੀ ਚਿੰਤਾ ਨਾ ਕਰ, ਤੂੰ ਮੇਰਾ ਕਹਿਣਾ ਮੰਨ, ਆਪਣੀ ਅਕਲ ਛੱਡ ਦੇ, ਅਣਜਾਣ ਜਿਹਾ ਬਣ ਜਾ, ਭੋਲਾ ਜਿਹਾ ਬਣ ਜਾ, ਤੇ ਜਾ ਮੁਰਸ਼ਦ ਨੂੰ ਪੁੱਛ ਜਾ ਕੇ ਕਿ ਮੈਨੂੰ ਮਹਾਰਾਜ 84 ਦਾ ਪਤਾ ਹੀ ਨਹੀਂ, 84 ਕਿੰਨੀ ਹੁੰਦੀ ਹੈ? ਜੇ ਤੁਸੀਂ ਮੈਨੂੰ 84 ਚ ਪਾਇਆ ਤੇ ਮੈਨੂੰ 84 ਦੱਸੋ, 84 ਹੁੰਦੀ ਕਿੰਨੀ ਹੈ, ਤੇ ਜ਼ਮੀਨ ਤੇ ਕਾਰਾਂ ਮਾਰ ਕੇ ਕਹੀ ਵੀ ਮੈਨੂੰ ਦੱਸ ਦਿਓ ਕਿੰਨੀ 84 ਹੁੰਦੀ ਹੈ, ਤੇ ਬੇਅਕਲ ਬਣ ਜਾਈ, ਭੋਲਾ ਜਿਹਾ ਬਣ ਜਾਈ। ਜਾ ਕੇ ਕਿਹਾ ਮਹਾਰਾਜ ਮੈਨੂੰ ਦੱਸੋ 84 ਕਿਤਨੀ ਹੁੰਦੀ ਹੈ, ਜ਼ਮੀਨ ਤੇ ਕਾਰਾਂ ਮਾਰ ਕੇ ਦੱਸੋ। ਉਹਨਾਂ 84 ਕਾਰਾਂ ਜਿਲ੍ਹੇ ਪਾਈਆਂ ਤੇ ਪੁੱਛ ਨਹੀਂ ਦੋ ਤਿੰਨ ਵਾਰ ਵੀ ਇਹੋ ਹੁੰਦੀ ਹੈ ਜੀ, ਇੰਨੀ ਹੁੰਦੀ ਹੈ ਜੀ। ਤਾਂ ਉਸ ਲਈ ਉਹਨਾਂ ਕਿਹਾ ਆਹੋ ਇਹੋ ਇੰਨੀ ਹੁੰਦੀ ਹੈ, ਇੰਨੀ ਕੁ ਹੁੰਦੀ ਹੈ ਜੀ। ਦੋ ਚਾਰ ਵਾਰ ਉਹਨੇ ਚੰਗਾ ਤਾਂ ਨਾ ਕਹਿ ਲਿਆ, ਫਿਰ ਤੂੰ ਉਹਦੇ ਉੱਤੇ ਹੱਥ ਫੇਰ ਦੇ ਤੇ ਕਾਰਾਂ ਮੇਟ ਦੇਈ ਹੈ। ਜਿਸ ਵੇਲੇ ਉਹਨੂੰ ਪੁੱਛ ਕੇ ਦੇ ਇਸ ਤਰ੍ਹਾਂ ਕੀਤਾ, ਉਹ ਹੱਥ ਫੇਰਿਆ, ਕਾਰਾਂ ਮੇਟ ਦਿੱਤੀਆਂ। ਪੁੱਛਿਆ ਰਿਸ਼ੀ ਨੇ ਵੀ ਇਹ ਕੀ ਕੀਤਾ ਜੀ ਤੂੰ? ਕਹਿੰਦਾ ਜੀ ਤੁਸੀਂ 84 ਜੇ ਮੈਨੂੰ ਪਾਇਆ ਤੇ ਮਹਾਰਾਜ ਮੈਂ ਭੁਗਤ ਲਈ ਹੈਗੀ ਹੈ, ਮੈਂ ਤੇ ਭੁਗਤ ਲਈ, ਤੁਸੀਂ ਕਹਿੰਦੇ ਇਹੋ ਹੀ ਹੈ ਤੇ ਮੈਂ ਭੁਗਤ ਲਈ ਹੈਗੀ ਹੈ, ਗੱਲ ਮੁੱਕ ਗਈ ਹੈਗੀ। ਇਹ ਫਕੀਰਾਂ ਦੇ ਪਾਸ ਸ਼ਾਰਟਕਟ ਰਸਤੇ ਹੁੰਦੇ। ਜੇ ਅਸੀਂ ਕਰਮ ਬਣਾਉਣਾ ਚਾਹੀਏ ਛੋਟੇ ਤੋਂ ਬੜਾ ਤੇ ਤਦ ਵੀ ਬਣ ਸਕਦਾ ਹੈ, ਤੇ ਜੇ ਛੋਟੇ ਤੋਂ ਅਸੀਂ ਘਟਾਉਣਾ ਚਾਹੀਏ ਤੇ ਤਦ ਵੀ ਘਟ ਸਕਦਾ ਹੈ। ਇਹ ਸਾਡੇ ਹਥਿਆਰ ਹੈ। ਜੇ ਉਹਨਾਂ ਦਾ ਅਸੀਂ ਹੁਕਮ ਮੰਨੀਏ, ਉਹਨਾਂ ਦੇ ਕਹਿਣੇ ਮੁਤਾਬਕ ਚੱਲੀਏ ਤੇ ਸਾਡੇ ਬੜੇ ਕਰਮ ਤੋਂ ਛੋਟਾ ਵੀ ਬਣ ਸਕਦਾ ਹੈ। ਜੋ ਸਾਨੂੰ ਕੰਮ ਦੱਸਣ ਅਸੀਂ ਉਹ ਕੰਮ ਕਰੀਏ।
ਮਹਾਰਾਜ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਨੇ ਜੋ ਮੁਰਸ਼ਦ ਨੇ ਦੱਸਿਆ, ਮੁਰਸ਼ਦ ਦੇ ਕਹਿਣ ਮੁਤਾਬਕ ਉਹਨਾਂ ਕੋਈ ਲੋਕ ਲਾਜ, ਕੋਈ ਦੁਨੀਆਂ ਦੀ ਮਾਣ ਵਡਿਆਈ ਕੁਛ ਨਹੀਂ ਰੱਖੀ। ਔਰ ਦੇਖੋ ਕਰਮ ਕਿੱਦਾਂ ਬਣ ਗਿਆ ਉਹਨਾਂ ਦਾ। ਹਾਂਜੀ ਮਾਇਆ ਮੋ ਚੁਕਾਵਣ ਹਾਰੀ ਵਾਰੀ ਸਤਿਗੁਰ ਕੇਵਲ ਆਰਣ। ਗੁਰੂ ਸਾਹਿਬ ਜੀ ਆਪਣੇ ਸਤਿਗੁਰ ਦੀ ਤਾਰੀਫ ਕਰ ਰਹੇ ਹੈ, ਉਹਨਾਂ ਦੀ ਸ਼ੋਭਾ ਕਰ ਰਹੇ ਹੈ ਕਿ ਅਸੀਂ ਬਾਰੇ ਬਾਰੇ ਜਾਣੇ ਹਾਂ ਸਤਿਗੁਰ ਤੋਂ, ਜਿਨ੍ਹਾਂ ਨੇ ਸਾਡੇ ਤੇ ਮਿਹਰ ਕੀਤੀ ਹੈ, ਕਿਰਪਾ ਕੀਤੀ ਹੈ, ਔਰ ਸਾਨੂੰ ਇੱਕ ਭੁੱਲਿਆਂ ਨੂੰ ਰਸਤੇ ਪਾ ਦਿੱਤਾ ਹੈ, ਸਾਨੂੰ ਇੰਨਾ ਫਾਇਦਾ ਦਿੱਤਾ ਹੈ, ਅਸੀਂ ਸਤਿਗੁਰ ਤੋਂ ਬਾਰੇ ਬਾਰੇ ਜਾਂਦੇ ਹਾਂ। ਇਹ ਗੁਰੂ ਸਾਹਿਬ ਜੀ ਆਪਣੇ ਸਤਿਗੁਰ ਦੀ ਤਾਰੀਫ ਕਰ ਰਹੇ ਹੈ। ਬਾਣੀ ਜੀ ਵੀ ਲਿਖਿਆ, ਭੁੱਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ। ਅਸੀਂ ਵਾਕਿਆ ਭੁੱਲੇ ਹਾਂ, ਸਾਨੂੰ ਕੋਈ ਪਤਾ ਨਹੀਂ ਕਿ ਅਸੀਂ ਕਿੱਧਰ ਜਾ ਰਹੇ ਹਾਂ ਅਤੇ ਕੀ ਅਸੀਂ ਕਰਨਾ ਹੈ ਅਤੇ ਕੀ ਕਰ ਰਹੇ ਹਾਂ। ਜਦ ਸਾਨੂੰ ਸ਼ਬਦ ਵਿਆਸੀ ਕੋਈ ਮਹਾਂਪੁਰਖ ਮਿਲਦੇ ਹੈ, ਉਹ ਸਾਨੂੰ ਸਮਝਾ ਦਿੰਦੇ ਆ ਕਿ ਭਾਈ ਤੂੰ ਤਾਂ ਭੁੱਲਿਆ, ਤੂੰ ਤਾਂ ਰੁਕੁਰਾਏ ਪਿਆ, ਜਿਸ ਰਸਤੇ ਤੂੰ ਪਿਆ ਇਹ ਰਸਤਾ ਤੇਰਾ ਮੁੱਕਣ ਵਾਲਾ ਹੈ ਹੀ ਨਹੀਂ। ਜਿਹੜੇ ਅਸੀਂ ਕਰਮ ਕਰ ਰਹੇ ਹਾਂ 84 ਦੇ 84 ਮੁੱਕਣ ਵਾਲੀ ਹੈ ਹੀ ਨਹੀਂ। ਉਹ ਤਾਂ ਸਾਨੂੰ ਸਭ ਕੁਛ ਛਡਾ ਕੇ ਸਾਨੂੰ ਰਸਤੇ 'ਤੇ ਪਾ ਦਿੰਦੇ, ਝੂਠੇ ਕੰਮ ਸਾਡੇ ਕੋਲ ਛਡਾ ਦਿੰਦੇ ਹੈ, ਔਰ ਸੱਚਾ ਕੰਮ ਸਾਨੂੰ ਦੱਸ ਦਿੰਦੇ ਹੈ ਕਿ ਨਾਮ ਜਪੋ, ਚੋਰੀਆਂ ਠੱਗੀਆਂ ਫਰੇਬਕਾਰੀਆਂ ਛੱਡ ਦਿਓ ਔਰ ਈਸ਼ਵਰ ਦੀ ਭਗਤੀ ਕਰੋ। ਈਸ਼ਵਰ ਦੀ ਭਗਤੀ ਦੇ ਵਿੱਚ ਹੀ ਸਭ ਕੁਛ, ਪਰ ਕੁਛ ਟਾਈਮ ਲੱਗਦਾ। ਟਾਈਮ ਦਾ ਇੰਤਜ਼ਾਰ ਹਰ ਬੰਦੇ ਨੂੰ ਹੀ ਹੋਣਾ ਚਾਹੀਦਾ। ਹਰ ਚੀਜ਼ ਨੂੰ ਟਾਈਮ ਲੱਗਦਾ ਹੈ, ਯਕਦਮ ਕੋਈ ਚੀਜ਼ ਨਹੀਂ ਬਣਦੀ। ਭਗਤੀ ਵੀ ਯਕਦਮ ਨਹੀਂ, ਭਗਤੀ ਵੀ ਜ਼ਿੰਦਗੀ ਲੱਗ ਜਾਂਦੀ ਹੈ। ਹਰ ਚੀਜ਼ 'ਤੇ ਟਾਈਮ ਲੱਗਦਾ ਹੈ। ਹਾਂਜੀ ਹਾਰੀ ਸਤਿਗੁਰ ਕੇਵਲ ਆਰਣ ਗੁਰਮਤੀ ਪਰਗਾ ਸ ਹੋਰੀ ਅਨ ਦਿਨ ਹਰ ਗੁਣ ਗਾਵਣ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਹੈ, ਸਾਡੇ ਅੰਦਰ ਪ੍ਰਕਾਸ਼ ਕਿਸ ਤਰ੍ਹਾਂ ਹੋਇਆ? ਗੁਰੂ ਦੀ ਮੱਤ ਨਾਲ। ਗੁਰੂ ਨੇ ਮੱਤ ਕੀ ਦਿੱਤੀ ਹੈ ਸਾਨੂੰ? ਸਾਡੇ ਪਾਸੋਂ ਫਜ਼ੂਲ ਕਰਮ ਛਡਾ ਦਿੱਤੇ ਔਰ ਸਾਨੂੰ ਨਾਮ ਜਪਣ ਦਾ ਤਰੀਕਾ ਦੱਸਿਆ। ਸੈਂਤ ਸਾਨੂੰ ਇਹ ਮੱਤ ਦਿੰਦੇ ਹੈ, ਭਾਈ ਨੇਕ ਪਾਕ ਕੰਮ ਕਰ, ਸਾਧ ਸੰਗਤ ਦੀ ਸੇਵਾ ਕਰ ਔਰ ਈਸ਼ਵਰ ਦੀ ਭਗਤੀ ਕਰ। ਜਿਹੜਾ ਸਤਿਗੁਰ ਦੇ ਮੱਤ 'ਤੇ ਚੱਲਦਾ ਹੈ, ਉਹ ਵਾਕਿਆ ਹੀ ਉਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ, ਉਹਦੇ ਅੰਦਰ ਰੋਸ਼ਨੀ ਹੋ ਜਾਂਦੀ ਹੈ, ਉਹਨੂੰ ਲੋਕ ਪਰਲੋਕ ਦੀ ਖਬਰ ਹੋ ਜਾਂਦੀ ਹੈ। ਕਿਉਂਕਿ ਉਹ ਸਤਿਗੁਰ ਦੀ ਤਾਕਤ ਜਿਹੜੀ ਹੈ ਉਹਦੇ ਵਿੱਚ ਬਹੁਤ ਕੁਛ ਹੈ। ਕਈ ਵਾਰ ਦੱਸਿਆ ਕਿ ਜਦੋਂ ਰਾਜਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪਾਸ ਗਿਆ ਕਿ ਚਲੋ ਇਹ ਫਕੀਰ ਨੇ ਇਹਨਾਂ ਪਾਸੋਂ ਕੋਈ ਫਾਇਦਾ ਲਈਏ, ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨੇ ਸੋਚਿਆ ਕਿ ਰਾਜਾ ਰਾਜ ਛੱਡ ਕੇ ਆਇਆ, ਇਹਨੂੰ ਕੁਛ ਪੱਲਿਓਂ ਦੇ ਦਈਏ।
ਆਪਣੀ ਕਮਾਈ ਜੋ ਦੇ ਦਈਏ। ਹਾਂ ਰਾਜਾ ਅੰਮ੍ਰਿਤ ਪੀ, ਪਰ ਰਾਜਾ ਲੋਕ ਲਾਜ ਦੇ ਵਿੱਚ ਆ ਗਿਆ, ਇੱਕ ਬੂੰਦ ਨੇ ਅੰਦਰ ਜਾਣ ਦਿੱਤੀ, ਕੱਪੜੇ ਨੂੰ ਦਾਗ ਲੱਗ ਗਏ। ਵਾਪਸ ਆ ਗਿਆ, ਫੌਰਨ ਕੱਪੜੇ ਖੋਲ੍ਹ ਕੇ ਧੋਬੀਆਂ ਦੇ ਘਰ ਭੇਜ ਦਿੱਤੇ ਕਿ ਮੇਰੇ ਕੱਪੜੇ ਸਾਫ਼ ਕਰਕੇ ਲਿਆਓ। ਇਹ ਲੋਕ ਲਾਜ ਜਿਹੜੀ ਹੈ ਇਹ ਵੀ ਬਹੁਤ ਭੈੜੀ ਹੈ, ਇਹ ਵੀ ਸਾਨੂੰ ਪਰਮਾਤਮਾ ਤੋਂ ਪਿੱਛੇ ਰੱਖਦੀ ਹੈ। ਹੁਣ ਦਾਗ ਜਿਹੜਾ ਸੀ ਉਸ ਵਕਤ ਇਹ ਯਤਨ ਨਹੀਂ ਸਨ, ਜਿਹੜੇ ਅੱਜ ਯਤਨ ਹੈਗੇ ਹੈ ਉਹ ਦਾਗ ਲੱਥੇ ਨਾ। ਧੋਬੀ ਦੀ ਲੜਕੀ ਵੀ ਨਾਲ ਕੰਮ ਕਰਦੀ ਸੀ, ਉਸਨੇ ਮੂੰਹ ਦੇ ਵਿੱਚ ਕੱਪੜਾ ਪਾ ਕੇ ਉਹਨਾਂ ਕੋ ਚਾਪਿਆ, ਉਹ ਦਾਗ ਜਿਹੜਾ ਸੀ ਉਹਦਾ ਅਸਰ ਅੰਦਰ ਚਲਾ ਗਿਆ। ਜਦੋਂ ਅੰਦਰ ਚਲਾ ਗਿਆ ਉਹਦੀ ਉਹ ਅੱਖ ਖੁੱਲ੍ਹ ਗਈ। ਸਾਡੀਆਂ ਇਹ ਅੱਖਾਂ ਜਿਹੜੀਆਂ ਨੇ ਚੰਮ ਦ੍ਰਿਸ਼ਟੀ ਨੇ, ਇਹ ਦਿਵ ਦ੍ਰਿਸ਼ਟੀ ਨਹੀਂ ਹੈ, ਇਹਦੇ ਨਾਲ ਅਸੀਂ ਕੁਝ ਵੀ ਨਹੀਂ ਦੇਖ ਸਕਦੇ। ਸਾਡੀਆਂ ਇਹਨਾਂ ਅੱਖਾਂ ਨਾਲੋਂ ਤਾਂ ਦੂਸਰੇ ਜਿਤਨੇ ਵੀ ਜਾਨਵਰ ਨੇ ਸਾਰੇ ਦੀਆਂ ਚੰਗੀਆਂ ਨੇ, ਉਹਨਾਂ ਦੇ ਵਿੱਚ ਬਹੁਤ ਰੋਸ਼ਨੀ ਹੈ। ਤੁਸੀਂ ਦੇਖੋ ਸਾਰੇ ਉਹ ਹਨੇਰੇ ਚੱਲਦੇ, ਅਸੀਂ ਚੱਲ ਸਕਦੇ ਹਾਂ? ਜਿਤਨੇ ਵੀ ਬਾਕੀ ਜਿਤਨੀ ਪੈਦਾਇਸ਼ ਹੈ ਸਭ ਹਨੇਰੇ ਚੱਲਦੇ ਹੈਗੇ ਆ, ਉੱਡਦੇ ਫਿਰਦੇ ਆ, ਚੱਲਦੇ ਹੈਗੇ ਆ, ਕੀ ਅਸੀਂ ਚੱਲ ਸਕਦੇ ਹਾਂ? ਸਾਡੀ ਇਹ ਨਜ਼ਰ ਬਹੁਤ ਕਮ ਹੈ, ਇਹ ਨਹੀਂ ਕੰਮ ਕਰ ਸਕਦੀ। ਉਹ ਸਾਡੀ ਅੰਦਰਲੀ ਅੱਖ ਹੈ ਜਿਸ ਨੂੰ ਦਿਵ ਦ੍ਰਿਸ਼ਟੀ ਕਿਹਾ ਗਿਆ ਜਾਂ ਸ਼ਿਵ ਨੇਤਰ ਤੇ ਤੀਸਰਾ ਤਿਲ ਵੀ ਕਿਹਾ ਜਾਂਦਾ ਹੈ, ਉਹ ਅੱਖ ਸਾਡੀ ਹੋਰ ਹੈ। ਉਹ ਅੱਖ ਖੁੱਲ੍ਹ ਗਈ, ਉਹਨੂੰ ਲੋਕ ਪਰਲੋਕ ਦੀ ਖਬਰ ਹੋ ਗਈ, ਹੁਣ ਜੋ ਕੁਛ ਅੰਦਰ ਦੇਖੇ ਸੋ ਬਾਹਰ ਦੱਸੇ। ਲੋਕਾਂ 'ਚ ਰੌਲਾ ਪੈ ਗਿਆ, ਗੱਲ ਹੱਲੇ ਮੱਲੇ ਚਲਦੀ ਚਲਦੀ ਪਾਤਸ਼ਾਹ ਤੱਕ ਗੱਲ ਪਹੁੰਚ ਗਈ ਕਿ ਧੋਬੀ ਦੀ ਲੜਕੀ ਬਹੁਤ ਹੀ ਕਮਾਈ ਵਾਲੀ ਹੈ। ਪਾਤਸ਼ਾਹ ਨੇ ਸੋਚਿਆ ਕਿ ਅੱਗੇ ਤਾਂ ਕੁਛ ਮਿਲਿਆ ਨਹੀਂ, ਤੇ ਚਲੋ ਧੋਬੀ ਦੀ ਲੜਕੀ ਦੇ ਪਾਸ ਕੋਈ ਨਾ ਕੋਈ ਫਾਇਦਾ ਮਿਲ ਜਾਏ। ਜਦੋਂ ਲੜਕੀ ਦੇ ਪਾਸ ਗਏ ਤੇ ਲੜਕੀ ਨੇ ਅੱਗੋਂ ਉੱਠ ਕੇ ਮੱਥਾ ਟੇਕਿਆ